ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖਦੇ ਸਾਰੇ ਦਰਸ਼ਕਾਂ ਨੂੰ ਮਨਮੋਹਨ ਸਿੰਘ ਸਮਰਾ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਅਸੀਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਪ੍ਰਾਈਮ ਚਰਚਾ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹਾਂ। ਜਿਵੇਂ ਕਿ ਅਕਸਰ ਅਸੀਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਵਿਦਵਾਨਾਂ ਨੂੰ ਉਹਨਾਂ ਸ਼ਖਸੀਅਤਾਂ ਨੂੰ ਲੈ ਕੇ ਆਉਂਦੇ ਹਾਂ ਜਿਨ੍ਹਾਂ ਨੇ ਸਾਡੇ ਜੀਵਨ ਨੂੰ ਕਿਸੇ ਨਾ ਕਿਸੇ ਤਰ੍ਹਾਂ ਪ੍ਰਭਾਵਿਤ ਕੀਤਾ ਜਾਂ ਜਿਨ੍ਹਾਂ ਨੂੰ ਦੇਖ ਕੇ ਸਾਡੇ ਬੱਚੇ ਜਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪ੍ਰਭਾਵਿਤ ਹੋਈਆਂ ਨੇ। ਉਸੇ ਲੜੀ ਦੇ ਵਿੱਚ ਅੱਜ ਮੇਰੇ ਨਾਲ ਇੱਕ ਉਹ ਅਦਾਕਾਰ ਸਾਡੇ ਸਟੂਡੀਓ ਦੇ ਵਿੱਚ ਨੇ ਜਿਨ੍ਹਾਂ ਨੇ ਇੱਕ ਉਹ ਨੱਕਾ ਤੋੜਿਆ ਸੀਗਾ ਜਿਹੜਾ ਕਿੰਨੇ ਸਾਲ ਲੱਗਾ ਰਿਹਾ ਅਤੇ ਲੋਕ ਡਰਦੇ ਸੀ ਉਹ ਗੱਲਾਂ ਕਰਨ ਤੋਂ, ਪਰ ਇਹਨਾਂ ਨੇ ਉਹ ਫਿਲਮਾਂ ਬਣਾਈਆਂ ਜਿਨ੍ਹਾਂ ਨੂੰ ਦੇਖ ਕੇ ਸਾਡਾ ਉਹ 1984 ਦਾ ਦਰਦ ਜਿਹੜਾ ਸੀ ਉਹ ਇੱਕ ਵਾਰੀ ਫੇਰ ਸਾਰੀ ਦੁਨੀਆ ਦੇ ਸਾਹਮਣੇ ਆਇਆ। ਮੇਰੀ ਮੁਰਾਦ ਕੁਲਜਿੰਦਰ ਸਿੱਧੂ ਜੀ ਤੋਂ ਅੱਜ ਸਾਡੇ ਸਟੂਡੀਓ 'ਚ ਨੇ, ਸਭ ਤੋਂ ਪਹਿਲਾਂ ਉਹਨਾਂ ਜੀ ਆਇਆ ਕਹਿੰਦੇ ਆ ਜੀ ਕੁਲਜਿੰਦਰ ਜੀ ਬਹੁਤ ਬਹੁਤ ਜੀ ਆਇਆ ਜੀ ਸਾਡੇ ਸਟੂਡੀਓ 'ਚ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਇਹ ਤੋਂ ਪਹਿਲਾਂ ਕਿ ਆਪਾਂ ਤੁਹਾਡਾ ਫਿਲਮੀ ਸਫ਼ਰ ਜਾਂ ਉਹ ਗੱਲਾਂ ਬਾਤਾਂ ਕਰੀਏ, ਮੈਨੂੰ ਇਹ ਦੱਸਿਓ ਕਿ ਤੁਹਾਡਾ ਬਚਪਨ ਕਿੱਥੇ, ਜਨਮ ਕਿੱਥੇ ਹੋਇਆ, ਬਚਪਨ ਕਿੱਥੇ ਗੁਜ਼ਰਿਆ ਅਤੇ ਜਵਾਨੀ ਦੇ ਟਾਈਮ 'ਚ ਕਿੱਥੇ ਸੀ ਅਤੇ ਕੰਮ ਕਾਰ ਕੀ ਕੀਤਾ, ਪੜ੍ਹਾਈ ਸਾਰਾ ਕੁਛ ਉਹ 'ਚ ਆ ਜਾਣਾ। ਓਕੇ, ਜਨਮ ਮੇਰਾ ਦਰਅਸਲ ਜਲੰਧਰ 'ਚ ਹੋਇਆ। ਜਲੰਧਰ ਮੇਰੇ ਫਾਦਰ ਸਾਹਿਬ ਉਦੋਂ ਅਕਾਲੀ ਪੱਤਰ ਅਖਬਾਰ ਦੇ ਵਿੱਚ ਸਬ ਐਡੀਟਰ ਸੀਗੇ। ਅੱਛਾ। ਅਤੇ ਪਰ ਜਨਮ ਹੀ ਉੱਥੇ ਹੋਇਆ, ਉਸ ਤੋਂ ਬਾਅਦ ਮੇਰਾ ਸਾਰਾ ਜਿਹੜਾ ਸਫ਼ਰ ਹੈ ਅੰਮ੍ਰਿਤਸਰ ਦੇ ਵਿੱਚ ਹੀ ਮੈਂ ਪੜ੍ਹਿਆ। ਅੱਛਾ। ਅਤੇ ਮਦਰ ਮੇਰੇ ਗਵਰਨਮੈਂਟ ਕਰਾਫਟ ਟੀਚਰ ਸੀਗੇ, ਰਿਟਾਇਰ ਹੋ ਚੁੱਕੇ ਨੇ, ਫਾਦਰ ਸਾਹਿਬ ਇਜ਼ ਨੋ ਮੋਰ ਨਾਓ। ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਮੈਂ ਪੜ੍ਹਿਆ ਅਤੇ ਗ੍ਰੈਜੂਏਸ਼ਨ ਉੱਥੇ ਕੀਤੀ, ਬੀ ਏ ਆਰਟਸ ਕੀਤੀ। ਉਸ ਤੋਂ ਬਾਅਦ ਉੱਥੇ ਇੱਕ ਡਿਗਰੀ ਹੁੰਦੀ ਸੀ ਬੈਚਲਰਸ ਇਨ ਮਾਸ ਕਮਿਊਨੀਕੇਸ਼ਨ, ਉਹ ਕਰਕੇ ਅਤੇ ਮੈਂ ਆਈ ਥਿੰਕ 96 ਦੇ ਵਿੱਚ ਮੈਂ ਆ ਗਿਆ ਸੀਗਾ ਜਲੰਧਰ ਦੁਬਾਰਾ ਉਹਦੀ ਅਗਲੀ ਹਾਇਰ ਸਟੱਡੀਜ਼ ਲਈ। ਅੱਛਾ। ਉਹ ਸੀਗੀ ਮਾਸਟਰਸ ਇਨ ਮਾਸ ਕਮਿਊਨੀਕੇਸ਼ਨ। ਅੱਛਾ। ਅਤੇ ਉੱਥੇ ਹੀ ਫਿਰ ਮਾਸਟਰਸ ਇਨ ਇੰਗਲਿਸ਼ ਲਿਟਰੇਚਰ ਕੀਤੀ। ਅੱਛਾ। ਉਸੇ ਹੀ ਸਟੱਡੀ ਦੇ ਦੌਰਾਨ ਹੀ ਮੈਨੂੰ ਮੇਰਾ ਜਿਹੜਾ ਪਾਰਟਨਰ ਹੈ ਹੁਣ ਤੱਕ ਦਿਨੇਸ਼ ਸੂਦ, ਕਿਆ ਬਾਤ ਹੈ, ਉਹ ਮਿਲਿਆ ਅਤੇ ਉਹ ਫਿਰ ਅਸੀਂ ਇਕੱਠਿਆਂ ਨੇ 1998 ਦੇ ਵਿੱਚ ਇੱਕ ਜੋਬ ਸਾਨੂੰ ਮਿਲੀ ਸੀਗੀ, ਡੇਲੀ ਸਨਸ਼ਾਈਨ ਇੱਕ ਇੰਗਲਿਸ਼ ਦਾ ਪੇਪਰ ਸੀਗਾ। ਅੱਛਾ। ਅਤੇ ਉਹਦੇ 'ਚ ਮੈਂ ਫੋਟੋਗ੍ਰਾਫਰ ਐਂ ਜਰਨਲਿਸਟ ਸੀਗਾ। ਅੱਛਾ। ਅਤੇ ਫਾਦਰ ਸਾਹਿਬ ਜਰਨਲਿਸਟ ਸੀਗੇ, ਇਸ ਕਰਕੇ ਮੇਰਾ ਵੀ ਮਿਸ਼ਨ ਅਤੇ ਏਮ ਇਹੀ ਸੀਗਾ ਕਿ ਜਰਨਲਿਸਟ ਬਣਨਾ, ਪੱਤਰਕਾਰ ਬਣਨਾ। ਫਾਦਰ ਸਾਹਿਬ ਦੀ ਇੱਕ ਹਦਾਇਤ ਸੀ ਕਿ ਯਾਰ ਪੰਜਾਬੀ ਦੇ ਵਿੱਚ ਪੱਤਰਕਾਰਾਂ ਨੂੰ ਕੁਛ ਮਿਲਦਾ ਨਹੀਂ, ਸੋ ਤੂੰ ਬੈਟਰ ਹੈ ਜਾਂ ਤਾਂ ਕਿਸੇ ਮੀਡੀਆ ਚੈਨਲ ਦੇ ਵਿੱਚ ਕੰਮ ਕਰ ਅਤੇ ਜਾਂ ਫਿਰ ਇੰਗਲਿਸ਼ ਪੇਪਰ 'ਚ ਕਰੇਗਾ ਅਤੇ ਤੈਨੂੰ ਪੇਪੂ ਚੰਗੀ ਮਿਲੇਗੀ। ਸੋ ਮੈਂ ਉਹ ਇੰਗਲਿਸ਼ ਪੇਪਰ ਜਿਹੜਾ ਸੀ ਉਹ ਜੁਆਇਨ ਕੀਤਾ ਅਤੇ ਬਤੌਰ ਰਿਪੋਰਟਰ ਅਤੇ ਫੋਟੋਗ੍ਰਾਫੀ ਵੀ ਮੈਂ ਨਾਲ ਕਰਦਾ ਸੀ। ਉਹ ਮੇਰੇ ਬੜਾ ਸੋਹਣਾ ਇੱਕ ਕਿੱਕ ਸਟਾਰਟ ਜਿਹਨੂੰ ਕਹਿੰਦੇ ਨਾ ਮਿਲਿਆ ਅਤੇ ਪਰ ਉਹ ਪੇਪਰ ਬਹੁਤ ਜਲਦੀ ਬੰਦ ਹੋ ਗਿਆ। ਉਹ ਸੋਹਣਾ ਲਿਖਾ ਜਿਹੜਾ ਟਰੈਕਟਰ ਬਣਾਉਂਦੇ ਨੇ ਉਹਨਾਂ ਉਸ ਗਰੁੱਪ ਨੇ ਉਹ ਸ਼ੁਰੂ ਕੀਤਾ ਸੀਗਾ ਅਤੇ ਮੇਰੇ ਖਿਆਲ ਨਾਲ ਸਾਲ ਕੀ ਪੇਪਰ ਚੱਲਿਆ, ਉਨੀ ਕੁ ਦੇਰੀ ਅਸੀਂ ਕੰਮ ਕੀਤਾ ਦੋਵਾਂ ਨੇ, ਉਹ ਬੰਦ ਹੋ ਗਿਆ। ਉਹ ਬੰਦ ਹੋ ਗਿਆ ਅਤੇ ਬੰਦ ਹੋਣ ਤੋਂ ਬਾਅਦ ਅਸੀਂ ਜੋਬਲੈਸ ਹੋ ਗਏ ਦੋਵੇਂ ਹੀ। ਉਹ ਲੁਧਿਆਣੇ ਤੋਂ ਆਇਆ ਸੀ, ਮੈਂ ਆਇਆ ਸੀਗਾ ਅੰਮ੍ਰਿਤਸਰ ਤੋਂ, ਸੋ ਅਸੀਂ ਕਿਹਾ ਕਿ ਬੋਰੀ ਬਿਸਤਰਾ ਪੈਕ ਕਰਕੇ ਹੁਣ ਆਪਣੇ ਪਿੰਡ ਨੂੰ ਜਾਣਾ ਪੈਣਾ ਅਤੇ ਪਰ ਕੁਦਰਤੀ ਅਸੀਂ ਕਿਹਾ ਕਿ ਇੱਕ ਮਹੀਨੇ ਦਾ ਹੁਣ ਕਿਰਾਇਆ ਦਿੱਤਾ ਜਿਹੜੇ ਅਸੀਂ ਕਮਰੇ 'ਚ ਰਹਿੰਦੇ ਸੀਗੇ ਕਿ ਆਹ ਹੁਣ ਕਿਰਾਇਆ ਤਾਂ ਗਿਆ ਵਾ, ਇਸ ਤੋਂ ਅਗਲੇ ਪੈਸੇ ਦੇਣ ਲਈ ਸੈਲਰੀ ਮਿਲਣੀ ਨਹੀਂ ਸੀ ਕੋਈ, ਅਤੇ ਹੁਣ ਜਾਂ ਤਾਂ ਇਹਦੇ ਵਿੱਚ ਕੋਈ ਜੁਗਾੜ ਸਕੀਮ ਲਾ ਕੇ ਕੋਈ ਨਾ ਕੋਈ ਅਰਨਿੰਗ ਹੋ ਜਾਵੇ ਇੱਥੇ ਅਤੇ ਫਿਰ ਇੱਥੇ ਸਰਵਾਈਵ ਕਰਾਂਗੇ, ਕਰੀਅਰ ਸ਼ੁਰੂ ਅੱਗੇ ਚੱਲੂਗਾ, ਨਹੀਂ ਤਾਂ ਫਿਰ ਵਾਪਸ ਜਾ ਕੇ ਅਤੇ ਫਿਰ ਨਵੇਂ ਸਿਰੇ ਤੋਂ ਇੱਕ ਦੁਬਾਰਾ ਤੋਂ ਉਹ ਜੋਬ ਦੀ ਸਰਚ ਅਤੇ ਉਹਦੇ 'ਚ ਕਿੰਨਾ ਵੀ ਟਾਈਮ ਜਾ ਸਕਦਾ ਸੀ। ਸੋ ਅਸੀਂ ਉੱਥੇ ਰਹਿੰਦੇ ਰਹਿੰਦੇ ਇੱਕ ਐਡ ਏਜੰਸੀ ਸ਼ੁਰੂ ਕਰ ਲਈ ਕਿ ਚਲੋ ਐਡ ਇੱਧਰੋਂ ਉੱਧਰੋਂ ਇਕੱਠੀ ਕਰਕੇ ਜਿਹੜੇ ਲਿੰਕ ਬਣੇ ਸੀ ਬਤੌਰ ਜਰਨਲਿਸਟ, ਸੋਨਾਲਿਕਾ 'ਚ ਵੀ ਲਿੰਕ ਸੀਗਾ, ਸੋ ਇੱਧਰੋਂ ਉੱਧਰੋਂ ਅਸੀਂ ਐਡਾਂ ਉੱਡਾਂ ਇਕੱਠੀਆਂ ਕਰਕੇ ਅਤੇ ਉਹ ਅਸੀਂ ਆਪਣੇ ਇੱਕ ਮਹੀਨੇ ਦਾ ਕਿਰਾਇਆ ਹੋਰ ਕੱਢ ਲਿਆ। ਅੱਛਾ ਜੀ, ਕਾਮਯਾਬ ਹੋ ਗਏ। ਜੀ, ਕਾਮਯਾਬ ਹੋ ਗਏ। ਸੋ ਚੱਲਦੇ ਚੱਲਦੇ ਜਰਨੀ ਉੱਥੋਂ ਫਿਰ ਐਡਵਰਟਾਈਜ਼ਿੰਗ ਲਾਈਨ ਦੇ ਵਿੱਚ ਮੈਂ ਆ ਗਿਆ। ਸੋ ਓਜ਼ੋਨ ਐਡਸ ਮੇਰੀ ਐਡ ਏਜੰਸੀ ਹੈ, ਮੇਰੀ ਅਤੇ ਦਿਨੇਸ਼ ਦੀ ਜਿਹੜੀ ਅਜੇ ਤੱਕ ਚੱਲ ਰਹੀ ਹੈ। ਸੋ ਐਡ ਏਜੰਸੀ ਤੋਂ ਕਰਦੇ ਕਰਦੇ ਫਿਰ ਅਸੀਂ 98 'ਚ ਸ਼ੁਰੂ ਕੀਤੀ। 2004 ਦੇ ਵਿੱਚ ਅਸੀਂ ਇੱਕ ਸਲੋਨ ਹੁੰਦਾ ਸੀ ਸਾਡੀ ਉਸੇ ਬਿਲਡਿੰਗ ਦੇ ਵਿੱਚ, ਮਾਡਲ ਟਾਊਨ ਚੰਨੀ ਕੰਪਲੈਕਸ ਕਹਿੰਦੇ ਆ ਉਹਨੂੰ। ਸੋ ਮਾਡਲ ਟਾਊਨ ਚੰਨੀ ਕੰਪਲੈਕਸ ਦੇ ਵਿੱਚ ਇੱਕ ਸਲੋਨ ਚੱਲਦਾ ਹੁੰਦਾ ਸੀ ਬੋਡੀ ਹੱਬ ਦੇ ਨਾਂ 'ਤੇ। ਸੋ ਉਹ ਵੀ ਸਾਡਾ ਕਲਾਇੰਟ ਸੀ ਐਡਵਰਟਾਈਜ਼ਿੰਗ ਏਜੰਸੀ ਦਾ, ਅਤੇ ਉਹਨੇ ਸਾਨੂੰ ਐਡ ਦਿੰਦੇ ਰਹਿਣਾ, ਪੈਸੇ ਉਹਦੇ ਕੋਲ ਹੁੰਦੇ ਨਹੀਂ ਸੀ ਦੇਣ ਲਈ, ਉਹਦਾ ਚੱਲਦਾ ਨਹੀਂ ਸੀ। ਸੋ ਅਸੀਂ ਕਈ ਮਹੀਨੇ, ਉਹ ਡਾਕਟਰ ਓਰੀ ਸੀਗਾ ਸਾਡਾ ਦੋਸਤ ਸੀਗਾ, ਅਸੀਂ ਚਲਾਉਂਦੇ ਰਹੇ ਕਈ ਮਹੀਨੇ ਇੱਦਾਂ ਹੀ ਕੰਮ। ਫਾਈਨਲੀ ਫਿਰ ਇੱਕ ਜਗ੍ਹਾ 'ਤੇ ਆ ਕੇ ਸਾਡੀ ਵੀ ਬ੍ਰੇਕ ਲੱਗੀ ਕਿ ਭਾਈ ਸਾਹਿਬ ਹੁਣ ਪੈਸੇ ਦੇਣੇ ਪੈਣੇ, ਅਖਬਾਰਾਂ ਦਾ ਸਾਡੇ 'ਤੇ ਪ੍ਰੈਸ਼ਰ ਹੈ। ਅਤੇ ਉਹ ਉਹਨੇ ਸਾ ਕਹਿੰਦਾ ਯਾਰ ਆ ਜਾਓ ਮੇਰੇ ਕੋਲ, ਆਪਾਂ ਮੀਟਿੰਗ ਕਰਦੇ ਹਾਂ। ਅਸੀਂ ਉਹਨਾਂ ਮੀਟਿੰਗ 'ਤੇ ਬਹਿ ਕੇ, ਕਹਿੰਦਾ ਯਾਰ ਪੈਸੇ ਤਾਂ ਮੇਰੇ ਕੋਲ ਹੈ ਨਹੀਂ ਦੇਣ ਲਈ, ਆਹ ਮੇਰਾ ਬਿਜ਼ਨਸ ਹੈ, ਤੁਸੀਂ ਇਹ ਟੇਕ ਓਵਰ ਕਰ ਲਓ। ਅੱਛਾ। ਅਤੇ ਅਸੀਂ ਕਿਹਾ ਯਾਰ ਇਹ ਬਿਜ਼ਨਸ ਅਸੀਂ ਕਿੱਦਾਂ ਟੇਕ ਓਵਰ ਕਰ ਲਈਏ, ਕੋਈ ਲੈਣਾ ਨਹੀਂ ਦੇਣਾ ਨਹੀਂ, ਸਾਡੀ ਲਾਈਨ ਹੀ ਨਹੀਂ, ਅਸੀਂ ਮੀਡੀਆ ਲਾਈਨ ਦੇ ਬੰਦੇ। ਕਹਿੰਦਾ ਨਹੀਂ ਮੇਰੇ ਕੋਲ ਹੋਰ ਤੁਹਾਨੂੰ ਓਨੈਸਟਲੀ ਦੇਣ ਲਈ ਕੁਛ ਨਹੀਂ ਹੈਗਾ। ਅੱਛਾ।
ਅਤੇ ਆਹੀ ਆ ਜੇ ਲੈਣਾ ਲੈ ਲਓ ਅਤੇ ਨਹੀਂ ਤਾਂ ਇਹਨੂੰ ਵੇਚ ਕੇ ਮੈਨੂੰ ਜਿਹੜੇ ਕੋਈ ਦੋ ਚਾਰ ਪੈਸੇ ਲੱਭੇ ਉਹਦੇ 'ਚੋਂ ਜਿੰਨੇ ਕੁ ਤੁਹਾਡੇ ਹਿੱਸੇ ਆਏ ਮੈਂ ਦੇ ਦੂੰਗਾ। ਅਸੀਂ ਕਿਹਾ ਯਾਰ ਡਾਕਟਰ ਸਾਹਿਬ ਬੜੀ ਮਾੜੀ ਗੱਲ ਹੈ ਸਹੀ ਉਹ। ਅਤੇ ਅਲਟੀਮੇਟਲੀ ਜੀ ਦਿਨੇਸ਼ ਉਦੋਂ ਦਿਨੇਸ਼ ਦੀ ਮੈਰਿਜ ਹੋ ਚੁੱਕੀ ਸੀਗੀ ਅਤੇ ਅਸੀਂ ਸਲਾਹ ਸਲੂਹ ਕੀਤੀ ਕਿ ਯਾਰ ਦਿਨੇਸ਼ ਦੀ ਵਾਈਫ ਜਿਹੜੀ ਮੋਨਿਕਾ ਸ਼ੀ ਇਜ਼ ਗੁੱਡ ਇੰਟੈਲੀਜੈਂਟ ਹੈ ਕਿ ਚੱਲ ਇਹ ਕੰਮ ਉਹਨੂੰ ਖੋਲ੍ਹ ਕੇ ਦੇ ਦਿੰਦੇ ਹਾਂ। ਅੱਛੀ ਅਸੀਂ ਫਿਰ ਉਹ ਆਪਣਾ ਇਸ ਐਂਗਲ ਦੇ ਨਾਲ ਉਹ ਬਿਜ਼ਨਸ ਬਾਏ ਕਰ ਲਿਆ। ਅੱਛਾ। ਤੇ ਉਹ ਤੋਂ ਛੇਤੀ ਬਾਅਦ ਮੇਰੀ ਵੀ ਮੈਰਿਜ ਹੋ ਗਈ। ਫਿਰ ਉਹ ਬਿਜ਼ਨਸ ਦੇ ਵਿੱਚ ਸਾਨੂੰ ਇਨੀਸ਼ਲੀ ਤਾਂ ਬੜੀ ਸਟਰਗਲ ਘਾਟਾ ਪਿਆ, ਫਿਰ ਮੇਰੀ ਵਾਈਫ ਵੀ ਇਨਵੋਲਵ ਹੋ ਗਈ, ਦਿਨੇਸ਼ ਦੀ ਵਾਈਫ ਵੀ, ਸੋ ਉਹਨਾਂ ਲੇਡੀਜ਼ ਨੇ ਮਿਲ ਮੁੜ ਕੇ ਉਹ ਕੰਮ ਠੀਕ ਠਾਕ ਜਿਹਾ ਚਲਾ ਲਿਆ। ਸੋ ਉੱਥੋਂ ਸਾਡੀ ਇੱਕ ਐਂਟਰੀ ਜਿਹੜੀ ਸੀ ਬਿਊਟੀ ਲਾਈਨ 'ਚ ਵੀ ਸ਼ੁਰੂ ਹੋ ਗਈ 2004 'ਚ। ਅੱਛਾ ਜੀ, ਕਿੱਥੇ ਤੱਕ ਗਈ ਜੀ ਉਹ? ਉਹ ਹੁਣ ਤੱਕ ਵੀ ਚੱਲਦਾ ਬਿਜ਼ਨਸ, ਕਿਉਂਕਿ ਉਹ ਬਿਜ਼ਨਸ ਦਾ ਕਰਕੇ ਤੁਸੀਂ ਬਹੁਤ ਵੱਡੀ ਕੰਟਰੋਵਰਸੀ 'ਚੋਂ ਗਾਹਲੇ ਆਪਣੀ ਗੱਲਬਾਤ ਦੇ ਵਿੱਚ ਕਿਤੇ ਆਊਗਾ। ਅੱਛਾ, ਇਹ ਦੱਸੋ ਜਿਹੜੀਆਂ ਤੁਸੀਂ ਫਿਲਮਾਂ ਬਣਾਈਆਂ ਜੀ, ਜੀ ਹੁਣ ਤੱਕ ਕਿੰਨੀਆਂ ਫਿਲਮਾਂ ਆਪ ਪ੍ਰੋਡਿਊਸ ਕੀਤੀਆਂ ਨੇ ਅਤੇ ਕਿੰਨੀਆਂ ਕੁ ਫਿਲਮਾਂ 'ਚ ਕੰਮ ਕਰ ਚੁੱਕੇ ਹੋ? ਹਾਂ ਬਿਲਕੁਲ ਜੀ, ਇਹ ਦੇਖੋ ਪੰਗੇ ਲੈਣ ਦਾ ਸ਼ੁਰੂ ਤੋਂ ਹੀ ਸ਼ੌਂਕ ਰਿਹਾ, ਨਵੇਂ ਨਵੇਂ ਐਕਸਪੈਰੀਮੈਂਟ ਕਰਨ ਦਾ। ਮੈਂ ਵੈਸੇ ਵੀ ਬਾਏ ਨੇਚਰ ਵੀ ਐਡਵੈਂਚਰਸ ਹਾਂ ਅਤੇ ਜਦੋਂ ਇਹ ਬਿਜ਼ਨਸ 2004 'ਚ ਲਿਆ ਅਤੇ ਇਹ ਬਿਜ਼ਨਸ 2-3 ਸਾਲਾਂ 'ਚ ਪੈਰਾਂ ਸਿਰ ਖੜ੍ਹਾ ਹੋ ਗਿਆ। ਇੱਥੋਂ ਵੀ ਸਾਨੂੰ ਅਰਨਿੰਗ ਆ ਰਹੀ ਸੀ, ਐਡਵਰਟਾਈਜ਼ਿੰਗ ਤੋਂ ਵੀ ਆ ਰਹੀ ਸੀ, ਨਾਲ ਅਸੀਂ ਦੂਰਦਰਸ਼ਨ ਦੇ ਇੱਕ ਪ੍ਰੋਗਰਾਮ ਵੀ ਚਲਾਉਣਾ ਸ਼ੁਰੂ ਕਰਤਾ। ਦੂਰਦਰਸ਼ਨ ਜਲੰਧਰ 'ਚ ਅਸੀਂ ਪ੍ਰੋਗਰਾਮ ਇੱਕ ਬਾਏ ਕਰ ਲਿਆ ਸਲੋਟ 20 ਮਿੰਟ ਦਾ, ਉਹਦੇ 'ਤੇ ਅਸੀਂ ਚਲਾਉਂਦੇ ਸੀ ਟੌਪ 20 ਪੰਜਾਬੀ ਅਚੀਵਰਸ, ਜਿਹਦੇ 'ਚ ਅਸੀਂ ਸਾਰੇ ਪੰਜਾਬੀ ਅਚੀਵਰ ਜਿਹੜੇ 20 ਗਿਣਵੀਆਂ ਪਰਸਨੈਲਿਟੀਜ਼ ਨੇ ਉਹਨਾਂ ਨੂੰ ਕਵਰ ਕੀਤਾ। ਉਹ ਕਰਦੇ ਕਰਦੇ ਜਦੋਂ ਤੁਸੀਂ ਸਕਸੈਸਫੁਲ ਬੰਦਿਆਂ ਨਾਲ ਵਿਚਰਦੇ ਹੋ, ਉਹਨਾਂ ਨੂੰ ਮਿਲਦੇ ਹੋ, ਉਹਨਾਂ ਦੀ ਲਾਈਫ ਫਿਲੋਸਫੀ ਪੂਰਾ ਇੱਕ ਦਿਨ ਲਾਉਂਦੇ ਸੀ। ਉਹਦੇ 'ਚ ਗੁਰਦਾਸ ਮਾਨ ਸਾਹਿਬ, ਮਿਲਖਾ ਸਿੰਘ, ਦਾਰਾ ਸਿੰਘ, ਨਵਜੋਤ ਸਿੱਧੂ, ਕਿਰਨ ਬੇਦੀ, ਜਿੰਨੇ ਵੀ ਆਪਣੇ ਪੰਜਾਬੀ ਨੇ, ਕ੍ਰਿਕਟਰ ਹਰਭਜਨ ਭੱਜੀ ਅਤੇ ਹੋਰ ਜਿੰਨੇ ਵੀ ਵੱਡੇ ਨਾਮ ਆਪਾਂ ਲੈ ਸਕਦੇ ਹਾਂ, ਹੀਰੋ ਗਰੁੱਪ ਦੇ ਮੁੰਜਾਲ, ਸੋਨਾਲਿਕਾ ਗਰੁੱਪ ਦੇ ਵੀ ਈਵਨ LD ਮਿੱਤਲ, ਇਹ ਸਾਰੇ ਬੰਦਿਆਂ ਨੂੰ ਅਸੀਂ ਕਵਰ ਕੀਤਾ, ਗੁਲਜ਼ਾਰ ਸਾਹਿਬ ਨੂੰ ਵੀ, ਇਹ ਸਾਰੀਆਂ ਵੱਡੀਆਂ ਪਰਸਨੈਲਿਟੀਜ਼ ਨੂੰ। ਅਤੇ ਉਹਦੇ 'ਚ ਸਾਨੂੰ ਲੱਗਾ ਕਿ ਯਾਰ ਇਹ ਜਿਹੜੇ ਵੱਡੇ ਬੰਦੇ ਆ ਨਾ, ਇਹਨਾਂ ਦੇ ਵਿੱਚ ਇਹ ਹੈ ਕਿ ਇੱਕ ਤਾਂ ਰਿਸਕ ਟੇਕਿੰਗ ਕੈਪੇਬਿਲਿਟੀ, ਰਿਸਕ ਲੈਂਦੇ ਰਹੇ ਆਪਣੀ ਜ਼ਿੰਦਗੀ 'ਚ ਅਤੇ ਮਿਹਨਤ ਤੋਂ ਪਿੱਛੇ ਨਹੀਂ ਹਟੇ। ਅਤੇ ਉਹ ਤੋਂ ਇੱਕ ਇੰਸਪੀਰੇਸ਼ਨ ਮਿਲੀ ਕਿ ਆਪਾਂ ਵੀ ਹੁਣ ਕੋਈ ਵੱਡਾ ਕੰਮ, ਵੱਡਾ ਪੰਗਾ ਲਈਏ। ਅਤੇ ਅਸੀਂ ਉਦੋਂ ਸਾਡੀ ਐਡੀ ਔਕਾਤ ਨਹੀਂ ਸੀ, ਪਰ ਫਿਰ ਵੀ ਅਸੀਂ ਸੋਚਿਆ ਕਿ ਚਲੋ ਯਾਰ ਇੱਕ ਫਿਲਮ ਬਣਾਉਂਦੇ ਹਾਂ। ਅੱਛਾ। ਐਡਵਰਟਾਈਜ਼ਿੰਗ ਏਜੰਸੀ ਤੋਂ ਇੱਕ ਫਿਲਮ ਪ੍ਰੋਡਿਊਸਰ ਬਣ ਜਾਣਾ ਕਾਫੀ ਵੱਡਾ ਜੰਪ ਸੀਗਾ, ਬਹੁਤ ਵੱਡਾ ਜੰਪ। ਅਤੇ ਉਹ ਫਿਰ ਫਿਲਮ ਅਸੀਂ ਸੋਚਿਆ ਵੀ ਕਿਹੜੀ ਬਣਾਈਏ, ਅਤੇ ਮੈਂ ਦਿਨੇਸ਼ ਦੇ ਨਾਲ ਆਹੀ ਕੰਸੈਪਟ ਜਿਹੜਾ ਸਾਡਾ ਹੱਕ ਬਣੀ ਆ ਇਹ ਵਾਲਾ ਸ਼ੇਅਰ ਕੀਤਾ। ਸੋ ਦਿਨੇਸ਼ ਕਿਉਂਕਿ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦਾ, ਉਹਦੇ ਬ੍ਰਦਰ ਵੀ ਜਰਨਲਿਸਟ ਸੀਗੇ, ਉਹਨੇ ਉਹਨਾਂ ਨਾਲ ਸਲਾਹ ਕੀਤੀ ਕਿ ਯਾਰ ਇੱਦਾਂ ਮੇਰਾ ਪਾਰਟਨਰ ਕੁਲਜਿੰਦਰ ਮੈਨੂੰ ਇੱਦਾਂ ਦੀ ਸਲਾਹ ਦੇ ਰਿਹਾ ਵੀ ਆਪਾਂ ਇੱਕ ਫਿਲਮ ਬਣਾਈਏ ਉਹਨਾਂ 'ਤੇ ਮਿਲੀਟੈਂਸੀ ਦੇ ਟਾਈਮ ਦੇ ਉੱਪਰ, ਅਤੇ ਉਹ ਕਹਿੰਦੇ ਨਾ ਨਾ ਇਹ ਕੰਮ ਨਾ ਕਰੀ, ਅਤੇ ਫਸੋਗੇ, ਬੁਰਾ ਫਸੋਗੇ, ਮਤਲਬ ਇੱਦਾਂ ਦੇ ਪਾਸੇ ਨਾ ਜਾਇਓ। ਮੈਂ ਫਿਰ ਵੀ ਜਿੱਦ 'ਤੇ ਅੜਿਆ ਰਿਹਾ, ਮੈਂ ਕਿਹਾ ਨਹੀਂ ਆਪਾਂ ਕਰਨਾ ਹੀ ਆ ਫਿਲਮ। ਮੈਂ ਕਰਦੇ ਕਰਾਉਂਦੇ ਦਿਨੇਸ਼ ਨੂੰ ਵੀ ਇਨਵੋਲਵ ਰੱਖਿਆ, ਇੱਕ ਡਾਇਰੈਕਟਰ ਸਾਈਨ ਕਰ ਲਿਆ ਜਲੰਧਰ ਦਾ ਹੀ, ਹੋਰ ਕਾਸਟ ਕੂਸਟ ਕਰਕੇ, ਅਤੇ ਉਹ ਫਿਲਮ ਆਲਮੋਸਟ ਜਿਹੜੀ ਸੀ ਇਨੀਸ਼ੀਅਲ ਸਟੇਜ ਦੇ ਉੱਤੇ ਅਸੀਂ ਲੈ ਗਏ ਕਿ ਹੁਣ ਜਲਦੀ ਇਹਦਾ ਸ਼ੂਟ ਸ਼ੁਰੂ ਕਰਾਂਗੇ। ਐਕਟਰਾਂ ਦੇ ਆਡੀਸ਼ਨ ਵੀ ਕਰਨੇ ਸ਼ੁਰੂ ਕਰਤੇ, ਅਤੇ ਉਹ ਜਿਹੜਾ ਮੇਨ ਕਰੈਕਟਰ ਸੀਗਾ ਉਹ ਮੈਂ ਆਪਣੇ ਲਈ ਰੱਖਿਆ ਸੀ ਕਿ ਮੈਂ ਪਲੇ ਕਰੂੰਗਾ। ਮੇਰੇ ਅੰਦਰ ਕਿਤੇ ਉਹ ਐਕਟਿੰਗ ਦਾ ਕੀੜਾ ਸੀਗਾ, ਮੈਨੂੰ ਲੱਗਦਾ ਸੀ ਕਿ ਮੈਂ ਕਰ ਸਕਦਾ। ਉਹ ਸਾਰੀ ਤਿਆਰੀ ਚੱਲ ਰਹੀ ਸੀਗੀ ਅਤੇ ਦਿਨੇਸ਼ ਨੇ ਇੱਕ ਹੰਬੜਾ ਫੇਰ ਮਾਰਿਆ ਆਪਣੇ ਬ੍ਰਦਰਸ ਦੀ ਸਪੋਰਟ ਨਾਲ ਅਤੇ ਇੱਧਰੋਂ ਉੱਧਰੋਂ ਹੋਰ ਯਾਰਾਂ ਦੋਸਤਾਂ ਦੇ ਥਰੂ ਮੈਨੂੰ ਕਨਵਿੰਸ ਕਰਕੇ ਕਿ ਨਹੀਂ ਯਾਰ ਆਪਾਂ ਪਹਿਲੀ ਫਿਲਮ ਇਹ ਨਾ ਕਰੀਏ, ਪਹਿਲੀ ਫਿਲਮ ਆਪਾਂ ਸ਼ੁਰੂਆਤ 'ਚ ਹੀ ਜੇ ਬਣਾਤੀ ਅਤੇ ਆਪਣੇ 'ਤੇ ਇੱਕ ਉਹ ਲੇਬਲ ਲੱਗ ਜੂ, ਠੱਪਾ ਲੱਗ ਜੂ ਵੀ ਪਤਾ ਨਹੀਂ ਅਸੀਂ ਕੀ ਸਾਡੀ ਇੰਟੈਂਸ਼ਨ ਹੈ। ਅਤੇ ਉਹ ਕਰ ਕਰਾ ਕੇ ਫਿਰ ਉਹਨਾਂ ਨੇ ਇੱਕ ਇਹ ਕਹਾਣੀ ਤਿਆਰ ਸੀਗੀ ਮਿੰਨੀ ਪੰਜਾਬ ਦੀ, ਗੁਰਦਾਸ ਮਾਨ ਸਾਹਿਬ ਦੀ ਫਿਲਮ ਆਈ ਸੀ ਮਿੰਨੀ ਪੰਜਾਬ, ਤੁਹਾਡੀ ਪ੍ਰੋਡਕਸ਼ਨ ਜੀ? ਹਾਂਜੀ, ਉਹ ਫਿਰ ਸਾਡੀ ਪਹਿਲੀ ਪ੍ਰੋਡਕਸ਼ਨ ਬਣੀ। ਉਹ ਅਸੀਂ 2008 ਦੇ ਵਿੱਚ ਉਹ ਫਿਲਮ ਨੂੰ ਪੂਰਾ ਬਣਾਇਆ, 1 ਸਾਲ ਲਾ ਕੇ, ਅਤੇ 2009 ਅਪ੍ਰੈਲ 'ਚ ਉਹ ਰਿਲੀਜ਼ ਹੋਈ ਸੀਗੀ। ਅਤੇ ਉਹ ਫਿਲਮ ਫਿਰ ਸਾਡੀ ਪਹਿਲੀ ਪ੍ਰੋਡਕਸ਼ਨ ਸੀ ਅਤੇ ਉਹਨੇ ਸਾਨੂੰ ਕਾਫੀ ਘਾਟਾ ਪਾਇਆ। ਦੋ ਤਿੰਨ ਫਿਲਮ ਫਲੋਪ ਸੀਗੀ ਉਹ। ਸੋ 2-3 ਸਾਲ ਅਸੀਂ ਫਿਰ ਦੁਬਾਰਾ ਤੋਂ ਆਪਣੇ ਪੈਰਾਂ ਸਿਰ ਹੋਏ ਅਤੇ ਮੈਂ ਦਿਨੇਸ਼ ਨੂੰ ਕਿਹਾ, ਮੈਂ ਕਿਹਾ ਯਾਰ ਉਹ ਜਿਹੜੀ ਫਿਲਮ ਬਣਾਉਣੀ ਸੀ ਉਹ ਤੂੰ ਉਦੋਂ ਬਣਾਉਣ ਨਹੀਂ ਦਿੱਤੀ ਅਤੇ ਹੁਣ ਮੈਂ ਬਣਾਉਣੀ ਬਣਾਉਣੀ ਆ, ਦੇਖ ਲਾ। ਅਤੇ ਦਿਨੇਸ਼ ਕਹਿੰਦਾ ਚੱਲ ਤੂੰ ਫਿਰ ਕਰ ਲਾ ਇਹ ਵੀ ਹੁਣ। ਸੋ ਦੈਟਸ ਆਲ। ਫਿਰ 2012 ਦੇ ਵਿੱਚ ਦੁਬਾਰਾ ਤੋਂ ਸਕ੍ਰਿਪਟ ਜਿਹੜੀ ਸੀ ਮੈਂ ਲਿਖੀ, ਉਹਦੇ ਲਈ ਕਾਫੀ ਟਾਈਮ ਲੱਗਾ। ਫਿਰ ਉਹ ਫਿਲਮ ਜਿਹੜੀ ਸੀ 2013 'ਚ ਆਈ, ਸਾਡਾ ਹੱਕ। ਅਤੇ ਉਹਨੇ ਘਾਟੇ ਪੂਰੇ ਕਰ ਦਿੱਤੇ? ਹਾਂਜੀ, ਉਹਨੇ ਡੈਫੀਨੇਟਲੀ ਘਾਟੇ ਪੂਰੇ ਕੀਤੇ। ਫਿਲਮ ਬਹੁਤ ਚੱਲੀ, ਤੁਹਾਡੇ ਵਰਗੇ ਭਰਾਵਾਂ ਨੇ ਜਿੱਥੇ ਜਿੱਥੇ ਵੀ ਦੇਸ਼ ਵਿਦੇਸ਼ 'ਚ ਕੋਈ ਬੈਠਾ ਸੀ ਉਹਨੇ ਉਸ ਫਿਲਮ ਨੂੰ ਦਿਲੋਂ ਸਪੋਰਟ ਕੀਤਾ, ਬਹੁਤ ਚੱਲੀ। ਉਹ ਕੁਛ ਇੱਕ ਥਾਵਾਂ ਤੋਂ ਸਾਨੂੰ ਘਾਟਾ ਵੀ ਪਿਆ, ਜਿਵੇਂ ਆਸਟ੍ਰੇਲੀਆ,
ਯੂਰਪ, ਉੱਥੇ ਡਿਸਟ੍ਰੀਬਿਊਟਰ ਅੱਜ ਤੱਕ ਨਹੀਂ ਲੱਭੇ ਸਾਨੂੰ। ਅੱਛਾ, ਪੈਸਾ ਜਿੰਨਾ ਇਕੱਠਾ ਹੋਇਆ ਸੀ ਸਾਰਾ ਲੈ ਕੇ ਭੱਜ ਗਏ। ਸੋ ਆਸਟ੍ਰੇਲੀਆ ਵਾਲੇ ਵੀ ਦੇਖ ਰਹੇ ਆ ਜੀ ਇਸ ਵੇਲੇ? ਹਾਂ, ਉੱਥੇ ਬੰਦੇ ਹੈਗੇ ਨੇ, ਇੱਕ ਦਸਾਈ ਕਰਕੇ ਗੁਜਰਾਤੀ ਡਿਸਟ੍ਰੀਬਿਊਟਰ ਸੀਗਾ ਜੀ, ਜਿਹੜਾ ਉੱਥੇ ਸਿਡਨੀ ਗੁਰਦੁਆਰਾ ਵਾਲਿਆਂ ਨੇ ਸਾਨੂੰ ਮਿਲਵਾਇਆ ਸੀਗਾ, ਵਿਰਕ ਸਾਹਿਬ ਨੇ ਅਤੇ ਉਹਨਾਂ ਦੀ ਟੀਮ ਨੇ, ਉਹ ਅਜੇ ਤੱਕ ਨਹੀਂ ਲੱਭਾ ਬੰਦਾ। ਵੀਰ ਜੀ, ਜਿਹੜੀ ਤੁਹਾਡੀ ਸਾਡਾ ਹੱਕ ਫਿਲਮ ਸੀਗੀ, ਮੈਂ ਅੱਜ ਤੱਕ ਉਹ ਫਿਲਮ ਪਤਾ ਨਹੀਂ ਕਿੰਨੀ ਕੁ ਵਾਰੀ ਅਸੀਂ ਦੇਖੀ ਆ, ਮੇਰੇ ਬੱਚਿਆਂ ਨੇ ਵੇਖੀ ਆ। ਕਨੇਡਾ ਦੇ ਵਿੱਚ ਬਹੁਤ ਬੱਚੇ ਉਸ ਫਿਲਮ ਤੋਂ ਇੰਸਪਾਇਰ ਹੋ ਕੇ ਉਹਨਾਂ ਨੇ ਫਿਲਮਾਂ ਬਣਾਉਣੀਆਂ, ਗੀਤ ਬਣਾਉਣੇ ਸ਼ੁਰੂ ਕੀਤੇ ਆ, ਉਹ ਖੜਕੂਬਾ 'ਤੇ ਗੀਤ ਲਿਖਦੇ ਆ, ਫਿਲਮਾਉਂਦੇ ਆ, ਇੱਥੋਂ ਕਰਦੇ ਆ। ਤੁਹਾਡੇ ਤੋਂ ਪ੍ਰਭਾਵਿਤ ਹੋਏ ਬੇਸਿਕਲੀ ਉਹ ਜੀ, ਕਿਉਂਕਿ ਤੁਹਾਡਾ ਉਹਦੇ ਵਿੱਚ ਇੱਕ ਐਂਗਰੀ ਯੰਗ ਮੈਨ ਦੀ ਜਿਹੜੀ ਸੀਗੀ ਰੋਲ ਸੀਗਾ, ਹੈ ਨਾ, ਤੁਹਾਡੇ ਅੱਖਾਂ ਦੇ ਵਿੱਚ ਉਹ ਅੱਗ ਮੈਂ ਹਾਲੇ ਵੀ ਦੇਖ ਸਕਦਾ ਜੀ ਜਿਹੜੀ ਉਸ ਫਿਲਮ ਦੇ ਵਿੱਚ ਸੀਗੀ। ਪਰ ਹੁਣ ਕੀ ਹੋਇਆ ਕਿ ਉਹ ਰੋਲ ਤੁਸੀਂ ਇੰਨਾ ਵਧੀਆ ਕਰਿਆ, ਸਾਨੂੰ ਸਾਰਿਆਂ ਨੂੰ ਇਹੀ ਲੱਗਦਾ ਸੀਗਾ ਕਿ ਤੁਸੀਂ ਗੁਰਸਿੱਖ ਸਰਦਾਰ ਹੋ ਜੀ, ਕਿਉਂਕਿ ਜੋ ਤੁਸੀਂ ਫਿਲਮ ਦੀ ਪ੍ਰਮੋਸ਼ਨ ਲਈ ਇੱਥੇ ਆਏ ਸੀ ਉਦੋਂ ਤੁਹਾਡੇ ਦਸਤਾਰ ਸਜਾਈ ਸੀ, ਦਾੜਾ ਤੁਹਾਡਾ ਖੁੱਲ੍ਹਾ ਸੀ ਜੀ। ਹਾਂ, ਉਹ ਤੋਂ ਬਾਅਦ ਤੁਸੀਂ ਅਗਲੀ ਫਿਲਮ ਦੇ ਵਿੱਚ ਆਪਣਾ ਇੱਕ ਰੂਪ ਜਿਹਾ ਬਦਲ ਲਿਆ ਜੀ, ਥੋੜ੍ਹੇ ਵਾਲ ਲੰਬੇ ਪਿੱਛੇ ਨੂੰ ਕਰ ਲਏ, ਦਾੜੀ ਥੋੜ੍ਹੀ ਜਿਹੀ ਰੱਖੀ ਸੀਗੀ, ਤਾਂ ਸਾਨੂੰ ਇਹ ਲੱਗਿਆ ਵੀ ਬੰਦਾ ਨਾ ਹੁਣ ਜਿਵੇਂ ਪੰਜਾਬੀ ਦੀ ਇੱਕ ਗੱਲ ਹੈਗੀ ਹੈ, ਕਹਿੰਦੇ ਵੀ ਇੱਕ ਸਿੱਖੀ ਰੇਖ ਦੀ, ਇੱਕ ਭੇਖ ਦੀ, ਇੱਕ ਪਿੱਛੇ ਮੁੜ ਮੁੜ ਵੇਖਦੀ ਜੀ। ਸਾਨੂੰ ਲੱਗਿਆ ਵੀ ਬੰਦੇ ਨੇ ਪੰਗਾ ਲੈ ਲਿਆ, ਤੇ ਹੁਣ ਇਹਦੇ ਕੋਲ ਪੈਸੇ ਆ ਗਏ, ਇਸ ਫਿਲਮ ਤੋਂ ਬਹੁਤ ਪੈਸੇ ਕਮਾ ਲਏ, ਹੁਣ ਇਹ ਆਪਣੇ ਆਪ ਨੂੰ ਬਦਲ ਕੇ ਦੂਜੇ ਪਾਸੇ ਨੂੰ ਜਾ ਰਿਹਾ। ਪਰ ਇਹਦੀ ਅਸਲੀਅਤ ਕੀ ਆ? ਤੁਸੀਂ ਕਦੇ ਅੰਮ੍ਰਿਤਧਾਰੀ ਗੁਰਸਿੱਖ ਸੀਗੇ ਜ਼ਿੰਦਗੀ 'ਚ? ਹਾਂਜੀ, ਮੈਂ ਬਿਲਕੁਲ ਜੀ ਅੰਮ੍ਰਿਤਧਾਰੀ ਗੁਰਸਿੱਖ ਸੀਗਾ। ਮੈਂ 1984 ਦੇ ਵਿੱਚ ਜਦੋਂ ਆਪਣਾ ਸਾਕਾ ਨੀਲਾ ਤਾਰਾ ਹੋਇਆ ਜੀ, ਜਾਂ ਘੱਲੂਘਰ ਆਪਾਂ ਕਹਿ ਦਿੰਦੇ, ਅਤੇ ਉਦੋਂ ਮੈਂ 9-10 ਸਾਲ ਦਾ ਸੀਗਾ। ਅੱਛਾ, ਅਤੇ ਅੰਮ੍ਰਿਤਸਰ ਦੇ ਵਿੱਚ ਹੀ ਸੁਲਤਾਨਵਿੰਡ ਪਿੰਡ ਜਿਹੜਾ ਕਿ ਮੇਰੇ ਨਾਨਕੇ ਉੱਥੇ ਸੀਗੇ ਜੀ, ਅਤੇ ਉਹਨਾਂ ਕੋਲ ਸੀਗਾ। ਅਤੇ ਉਸ ਦੌਰ ਦੇ ਵਿੱਚ ਜੋ ਕੁਛ ਹੋਇਆ, ਸਪੈਸ਼ਲੀ ਉਦੋਂ ਸੰਤਾਂ ਨੇ ਸਪੀਚਿਸ ਵੀ ਸੁਣੀਆਂ, ਭਾਸ਼ਣ ਵੀ ਸੁਣੇ, ਛੋਟੇ ਸੀਗੇ, ਹਾਲਾਂਕਿ ਲੰਗਰ ਹਾਲ ਦੇ ਉੱਪਰ ਉਹਨਾਂ ਦੀ ਸਪੀਚ ਚੱਲਦੀ ਹੁੰਦੀ ਸੀ, ਅਤੇ ਮਾਤਾ ਜੀ ਨੂੰ ਬਹੁਤ ਹੁੰਦਾ ਸੀਗਾ ਕਿ ਸੰਤਾਂ ਦੀ ਸਪੀਚ ਸੁਣਨੀ ਆ, ਦਰਬਾਰ ਸਾਹਿਬ ਹਰਿਮੰਦਰ ਸਾਹਿਬ ਮੱਥਾ ਟੇਕ ਕੇ, ਅਤੇ ਉੱਥੇ ਉਹਨਾਂ ਕੋਲ ਬਹਿ ਜਾਈਦਾ ਸੀ, ਮੈਂ ਅਤੇ ਮੇਰਾ ਵੱਡਾ ਬ੍ਰਦਰ, 2 ਸਾਲ ਵੱਡਾ ਸੀ ਮੇਰੇ ਤੋਂ, ਅਰਵਿੰਦਰਜੀਤ ਸਿੰਘ ਗੋਲਡੀ। ਸੋ ਅਸੀਂ ਉੱਥੇ ਬੈਠ ਕੇ ਉਹ ਸੁਣਨਾ ਉਹਨਾਂ ਨੂੰ, ਅਤੇ ਸੁਣਦੇ ਤਾਂ ਘੱਟ ਸੀ ਕਿਉਂਕਿ ਬੱਚੇ ਸੀਗੇ 8-9 ਸਾਲ, ਅਤੇ ਉਹ ਗੁੱਡੀਆਂ ਪਤੰਗਾਂ ਇੱਧਰ ਉੱਧਰ ਦੇਖਦੇ ਰਹਿਣਾ, ਪਰ ਕੋਈ ਨਾ ਕੋਈ ਗੱਲਾਂ ਕਰਨੀ ਪੈਣੀਆਂ, ਜਦੋਂ ਬੋਲੇ ਸੋਹਣਿਆਰ ਦਾ ਜਕਾਰਾ ਲੱਗਣਾ ਫਿਰ ਦੇਖਣਾ ਵੀ ਅੱਛਾ ਕਿ ਮਤਲਬ ਉਹ ਉਸ ਮਾਹੌਲ ਦੇ ਵਿੱਚ। ਅਤੇ ਜਦੋਂ ਫਿਰ ਸਾਕਾ ਵਾਪਰਿਆ 84 ਵਾਲਾ, ਫਾਦਰ ਸਾਹਿਬ ਜਰਨਲਿਸਟ ਸੀਗੇ, ਅਤੇ ਉਸ ਤੋਂ ਬਾਅਦ ਜੋ ਕੁਛ ਹੋਇਆ ਉਹ ਉਸ ਤੋਂ ਇਮੀਡੀਏਟਲੀ ਬਾਅਦ ਜਦੋਂ ਫੌਜ ਨੇ ਘਰ ਘਰ ਦੀ ਤਲਾਸ਼ੀ ਲਈ, ਅਤੇ ਅਸੀਂ ਸਾਰੇ ਬੱਚੇ ਸੀਗੇ, ਅਤੇ ਉਹ ਫੌਜ ਵਾਲੇ ਨੇ, ਇੱਕ ਫੌਜੀ ਜਿਹੜਾ ਆਫਿਸਰ ਸੀ, ਉਹਨੇ ਆ ਕੇ ਫਾਦਰ ਸਾਹਿਬ ਨੂੰ ਪੁੱਛਿਆ ਕਿ ਤੁਹਾਡੇ ਕੋਲ ਕੋਈ ਹਥਿਆਰ ਹੈਗਾ? ਅਤੇ ਉਹ ਫਾਦਰ ਸਾਹਿਬ ਕਹਿੰਦੇ ਹਾਂ ਹੈਗਾ। ਅੱਛਾ, ਅਤੇ ਉਹ ਫੌਜੀ ਸਾਰੇ ਅਲਰਟ ਹੋ ਗਏ, ਪੁਜੀਸ਼ਨਾਂ ਲੈ ਲਈਆਂ, ਅਤੇ ਉਹ ਨਾਲ ਹੀ ਅੰਦਰ 2-3 ਬੰਦੇ ਕਮਰੇ ਦੇ ਵਿੱਚ ਗਏ, ਅਤੇ ਫਾਦਰ ਸਾਹਿਬ ਪੈਨ ਲਿਆ ਕੇ ਅਫਸਰ ਨੂੰ ਦਿੱਤਾ ਵੀ ਆਹ ਮੇਰਾ ਹਥਿਆਰ। ਅੱਛਾ ਜੀ, ਉਹ ਮੈਨੂੰ ਗੱਲ ਮਤਲਬ ਮੈਂ ਸਮਝ ਹੀ ਨਹੀਂ, ਮੈਂ ਕਿਹਾ ਯਾਰ ਬਾਪੂ ਕੀ ਕਰੀ ਜਾਂਦਾ, ਪੈਨ ਦਿਖਾਈ ਜਾਂਦਾ। ਅਤੇ ਉਹ ਗੱਲ ਜਦੋਂ ਮੈਨੂੰ ਸਮਝ ਆਈ ਵੱਡੇ ਹੋ ਕੇ ਕਿ ਜਿਹੜਾ ਆਪਾਂ ਇੰਗਲਿਸ਼ ਕਹਾਵਤ ਵੀ ਹੈ ਨਾ, ਕਹਿੰਦੇ ਆ ਪੈਨ ਇਜ਼ ਮਾਈਟਰ ਦੈਨ ਸਵਾਰਡ, ਸੋ ਕਿਰਪਾਨ ਨਾਲ ਵੱਧ ਤੁਹਾਡੀ ਕਲਮ ਦੀ ਤਾਕਤ ਹੈ। ਸੋ ਉਹ ਜਦੋਂ ਤਾਕਤ ਪਤਾ ਲੱਗੀ, ਤਾਂ ਮੈਂ ਇਸੇ ਕਰਕੇ ਵੀ ਜਰਨਲਿਸਟ ਬਣਨਾ ਚਾਹੁੰਦਾ ਸੀਗਾ ਕਿ ਆਪਣੇ ਬੰਦੇ ਇਸ ਮੀਡੀਆ ਲਾਈਨ 'ਚ ਆਉਣੇ ਚਾਹੀਦੇ ਆ। ਉਹ ਦੋ ਦਰਦ ਹੰਡਾਇਆ, ਮੇਰਾ ਬ੍ਰਦਰ ਤਾਂ ਵੱਡਾ ਹੋਇਆ ਜਦੋਂ ਉੱਥੋਂ 17-18 ਸਾਲ ਦਾ ਹੀ ਉਹ ਮੂਵਮੈਂਟ ਦੇ ਵਿੱਚ ਚਲਾ ਗਿਆ। ਅੱਛਾ, ਅਤੇ 92 ਦੇ ਵਿੱਚ ਉਹਦੀ ਸ਼ਹੀਦੀ ਹੋ ਗਈ, ਤੁਹਾਡੇ ਭਰਾ ਦੀ? ਹਾਂਜੀ, ਰੀਅਲ ਬ੍ਰਦਰ ਦੀ, ਅਰਵਿੰਦਰਜੀਤ ਸਿੰਘ ਗੋਲਡੀ। ਅਤੇ ਉਸ ਤੋਂ ਬਾਅਦ ਜਦੋਂ ਮੇਰਾ ਆਪਣਾ ਸਫ਼ਰ ਸ਼ੁਰੂ ਹੋਇਆ, ਮੈਂ ਵੀ ਉਸ ਟਾਈਮ ਦੇ ਵਿੱਚ ਪੰਗੇ ਪੁੱਟ ਲਿਆ ਸੀਗਾ। ਤੁਹਾਨੂੰ ਇੱਥੇ ਰੋਕ ਕੇ ਸ਼ਹੀਦੀ ਕਿੱਦਾਂ ਹੋਈ ਜੀ? ਉਹ ਸਫ਼ਾ 'ਚ, ਖੜਕੂ ਸਫ਼ਾ 'ਚ ਐਂਟਰ ਹੋ ਗਏ ਸੀ? ਹਾਂਜੀ, ਉਹ ਕਾਫ਼ੀ ਯੰਗ ਏਜ ਵਿੱਚ ਹੀ ਐਂਟਰ ਹੋ ਗਏ ਸੀ ਉਹ। ਅੱਛਾ, ਅਤੇ ਸਾਨੂੰ ਪਤਾ ਸੀਗਾ, ਮੈਨੂੰ ਵੀ ਪਤਾ ਸੀਗਾ, ਅਤੇ ਘਰਦਿਆਂ ਨੂੰ ਵੀ ਪਤਾ ਸੀ, ਪਰ ਉਹ ਸਮ ਹੋ ਇੱਕ ਵਾਰੀ ਅਰੈਸਟ ਵੀ ਹੋ ਗਿਆ ਸੀ। ਸੋ ਉਸ ਤੋਂ ਬਾਅਦ ਫਾਦਰ ਸਾਹਿਬ ਜਰਨਲਿਸਟ ਸੀਗੇ, ਬੜੀ ਮੁਸ਼ਕਲ ਜ਼ੋਰ ਜ਼ਾਰ ਪਵਾ ਕੇ, ਅਤੇ 2 ਮੁੰਡੇ ਫੜੇ ਗਏ ਸੀ, ਅਤੇ ਦੂਜਾ ਮੁੰਡਾ ਸੀਗਾ ਉਹਦਾ ਤਾਂ ਜ਼ੋਰ ਪਿਆ ਨਹੀਂ ਉਹਦੇ ਘਰਦਿਆਂ ਦਾ, ਜੇ ਉਹ ਕਰਕੇ ਉਹਨੂੰ ਤਾਂ ਉਹਨਾਂ ਨੇ ਮੁਕਾਬਲਾ ਬਣਾ ਕੇ ਮਾਰ ਦਿੱਤਾ ਪੁਲਿਸ ਨੇ। ਅਤੇ ਇਹਨੂੰ ਬਹੁਤ ਮੁਸ਼ਕਲ ਫਾਦਰ ਸਾਹਿਬ ਨੇ, ਪੂਰੀ ਜਰਨਲਿਸਟ ਕਮਿਊਨਿਟੀ ਨੇ ਰਲ ਮਿਲ ਕੇ ਉੱਥੋਂ ਕਢਵਾ ਲਿਆ। ਅਤੇ ਉਸ ਤੋਂ ਬਾਅਦ ਫਿਰ ਵੀ ਇਹ ਬੰਦਾ ਟਲਿਆ ਨਹੀਂ, ਉਹ ਅਰਵਿੰਦਰ, ਇਹਦੇ ਅੰਦਰ ਬਹੁਤ ਜ਼ਿਆਦਾ ਜਜ਼ਬਾ ਸੀਗਾ। ਮੈਂ ਤਾਂ ਕਿਉਂਕਿ 2 ਸਾਲ ਛੋਟਾ ਸੀ, ਮੇਰੇ ਅੰਦਰ ਤਾਂ ਬਹੁਤ ਘੱਟ ਹੋਊਗਾ ਕਿਤੇ, ਮੈਂ ਹੁਣ ਇਮੈਜਿਨ ਕਰਦਾ ਉਹਦੇ ਅੰਦਰ ਦੀ ਜਿਹੜੀ ਅੱਗ, ਜਿਹੜਾ ਦਰਦ ਸੀਗਾ। ਸੋ ਉਸ ਤੋਂ ਬਾਅਦ ਉਹ ਅੱਗੇ ਦੀ ਅੱਗੇ ਸਫ਼ਾ ਦੇ ਵਿੱਚ, ਖਾੜਕੂ ਸਫ਼ਾ 'ਚ ਲੰਘਦਾ ਰਿਹਾ, ਵਿਚਰਦਾ ਰਿਹਾ,
ਅਤੇ ਫਾਈਨਲੀ 2010 June 1992 ਉਹਦਾ ਫੌਜ ਦੇ ਨਾਲ ਇੱਕ ਜਗ੍ਹਾ 'ਤੇ ਮੁਕਾਬਲਾ ਹੋਇਆ ਮੱਲੂ ਨੰਗਲ ਪਿੰਡ ਵਿੱਚ, ਅਤੇ ਉੱਥੇ ਉਹ ਅਤੇ ਉਹਦਾ ਇੱਕ ਹੋਰ ਸਾਥੀ ਜਿਹੜਾ ਸੀ ਉਹ ਸ਼ਹੀਦ ਹੋ ਗਏ। ਇਹ ਗੱਲ ਸੀਗੀ ਜੀ, ਮੈਨੂੰ ਲੱਗਦਾ ਕਿ ਇਹਨਾਂ ਦਾ ਜਿਹੜਾ ਦਰਦ ਸੀਗਾ ਆਪਣੇ ਭਰਾ ਨੂੰ ਇਸ ਮੂਮੈਂਟ ਦੇ ਵਿੱਚ ਗਵਾ ਲੈਣ ਦਾ, ਜਿਹਨੇ ਇਹਨਾਂ ਨੂੰ ਇਹ ਫਿਲਮਾਂ ਵੱਲ ਪ੍ਰੇਰਿਆ, ਕਿਉਂਕਿ ਮੇਰਾ ਇਹ ਨਾ ਸਵਾਲ ਬਹੁਤ ਚਿਰ ਤੋਂ ਸੀ ਬਈ ਇਹੋ ਜਿਹੀ ਕੀ ਗੱਲ ਆ ਜਿਹੜੀ ਤੁਹਾਨੂੰ ਇਹੋ ਜਿਹੀਆਂ ਫਿਲਮਾਂ ਬਣਾਉਣ ਲਈ ਪ੍ਰੇਰਿਤ ਕਰਦੀ ਆ, ਕਿਉਂਕਿ ਜਦੋਂ ਤੁਸੀਂ ਕਿਸੇ ਨੀਅਰ ਡੀਅਰ ਨੂੰ ਇਹਦੇ ਵਿੱਚ ਝੋਕਿਆ ਹੋਇਆ ਉਹ ਦਰਦ ਕਿਤੇ ਨਾ ਕਿਤੇ ਬੰਦੇ ਦੇ ਅੰਦਰ ਰਹਿੰਦਾ। ਪਰ ਤੁਸੀਂ ਆਪਣੀ ਕਹਾਣੀ ਦੱਸਦੇ ਸੀ ਕਿ ਤੁਸੀਂ ਇੱਕ ਵਾਰੀ ਅੰਮ੍ਰਿਤਧਾਰੀ ਸੀਗੇ ਛੋਟੇ ਹੁੰਦੇ। ਜੀ ਹਾਂ, ਮੈਂ ਉਸੇ ਟਾਈਮ ਦੇ ਉਸੇ ਦੌਰ ਦੇ ਵਿੱਚ ਅੰਮ੍ਰਿਤਧਾਰੀ ਸੀਗਾ ਜੀ, ਅਤੇ ਬਹੁਤ ਜ਼ਿਆਦਾ ਮੈਂ ਗੁਰਬਾਣੀ ਦੇ ਪਾਠ ਕਰਦਾ ਰਿਹਾ, ਮੈਨੂੰ ਜਾਪ ਸਾਹਿਬ, ਸੁਖਮਣੀ ਸਾਹਿਬ ਇਹ ਸਾਰੀਆਂ ਗੁਰਬਾਣੀ ਕੰਠ ਜ਼ਬਾਨੀ ਯਾਦ ਸੀ ਜੀ, ਮਤਲਬ 31 ਪਾਠ ਜਪਜੀ ਸਾਹਿਬ ਦੇ ਇੱਕ ਦਿਨ 'ਚ ਮੈਂ ਕਰ ਲੈਂਦਾ ਸੀ। ਉਹ ਵੀ ਮੈਂ ਇਹ ਸੁਣਿਆ ਸੀਗਾ ਕਿ ਸੰਤ ਜਰਨੈਲ ਸਿੰਘ ਹੁਣੀ 31 ਪਾਠ ਕਰਦੇ ਆ, ਅਤੇ ਇਸ ਕਰਕੇ ਮੇਰਾ ਉਹ ਏਮ ਹੁੰਦਾ ਸੀ, ਗੋਲ ਹੁੰਦਾ ਸੀਗਾ ਕਿ ਚਾਹੇ ਮਨ ਲੱਗ ਕੇ ਜਿੰਨਾ ਕੁ ਹੁੰਦੀ ਗੁਰਬਾਣੀ ਉਹ ਤਾਂ ਕਰੀ ਦੀ, ਜੇ ਬਿਨਾਂ ਮਨ ਦੇ ਵੀ ਸਾਰਾ ਦਿਨ ਵੀ ਜਾਪ ਚੱਲਦਾ ਰਹਿੰਦਾ ਸੀ ਅੰਦਰ, ਅਤੇ ਉਹ ਮਤਲਬ ਉਸ ਅਵਸਥਾ ਦੇ ਵਿੱਚ ਮੈਂ ਰਿਹਾ। ਉਸ ਤੋਂ ਬਾਅਦ ਜਦੋਂ ਮੈਂ ਖਾਲਸਾ ਕਾਲਜ ਤੱਕ, ਮੈਂ ਖਾਲਸਾ ਕਾਲਜ ਦੇ ਵਿੱਚ ਫੈਡਰੇਸ਼ਨ ਦਾ ਪ੍ਰਧਾਨ ਵੀ ਰਿਹਾ, ਅਤੇ ਜੀ ਬਿਲਕੁਲ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਹੁੰਦੀ ਸੀ ਉਦੋਂ, ਸੋ ਰਜਿੰਦਰ ਸਿੰਘ ਮਹਿਤਾ ਹੁਣੀ ਬੜੀ ਚੰਗੀ ਤਰ੍ਹਾਂ ਜਾਣਦੇ ਨੇ, ਸੋ ਮੈਂ ਉੱਥੇ ਪ੍ਰਧਾਨ ਰਿਹਾ। ਪ੍ਰਧਾਨ ਬਣ ਕੇ ਵੀ ਉੱਥੇ ਵਾਧੂ ਅਸੀਂ ਪੰਗੇ ਲੈਣੇ, ਸਟ੍ਰਾਈਕਾਂ ਕਰਨੀਆਂ ਜਦੋਂ ਕਿਸੇ ਖਾੜਕੂ ਨੇ, ਦੌਰ ਹੋ ਗਿਆ ਸੀ। ਅਤੇ ਉਦੋਂ ਬਾਅਦ ਜਦੋਂ ਮੈਂ 96-97 ਦੇ ਵਿੱਚ ਉੱਥੇ ਆ ਗਿਆ ਜਲੰਧਰ, ਅਤੇ ਉਦੋਂ ਨਾ ਇੱਕ ਧਾਰਨਾ ਸੀ ਜਿਹਦੇ 'ਚ ਹੁਣ ਤਾਂ ਮੈਨੂੰ ਲੱਗਦਾ ਸ਼ਾਇਦ ਕੋਈ ਨਹੀਂ ਬਿਲੀਵ ਕਰਦਾ, ਪਰ ਉਦੋਂ ਬਹੁਤ ਜ਼ਿਆਦਾ ਲੋਕ ਬਿਲੀਵ ਕਰਦੇ ਹੁੰਦੇ ਸੀ ਕਿ ਜਿਹੜੇ ਸੰਤ ਨੇ ਉਹ ਸ਼ਾਇਦ ਸ਼ਹੀਦ ਨਹੀਂ ਹੋਏ ਅਤੇ 97 'ਚ ਉਹਨਾਂ ਨੇ ਵਾਪਸ ਆ ਜਾਣਾ, ਆਉਣ ਠੱਤਰੇ ਜਾਣ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਉਸ ਪੰਕਤੀ ਨੂੰ ਮਤਲਬ ਇਸ ਢੰਗ ਨਾਲ ਉਹ ਜ਼ਿਆਦਾ ਲੋਕਾਂ ਨੇ ਮਿਸਯੂਜ਼ ਕੀਤਾ, ਕਿਉਂਕਿ ਮੈਂ ਕਹੂੰਗਾ ਕਿਉਂਕਿ ਬਾਬਾ ਠਾਕੁਰ ਸਿੰਘ ਹੁਣਾਂ ਨਾਲ ਵੀ ਬੜਾ ਪਿਆਰ ਸੀਗਾ ਸਾਡੇ ਪਰਿਵਾਰ ਦਾ, ਅਤੇ ਉਹ ਵੀ ਕਹਿੰਦੇ ਹੀ ਹੈਗੇ ਆ ਸੰਤ, ਅਤੇ ਮੈਨੂੰ ਵੀ ਕਿਤੇ ਨਾ ਕਿਤੇ ਲੱਗਦਾ ਸੀ ਸ਼ਾਇਦ ਯਾਰ ਹੋਣਗੇ। ਅਤੇ ਉਹ ਜਦੋਂ ਉਹ 97 'ਚ ਜਦੋਂ ਉਹ ਮਤਲਬ ਐਵੇਂ ਨਹੀਂ ਮੈਂ ਕਹੂੰਗਾ ਸਾਰਾ ਦੋਸ਼ ਉਹਨਾਂ 'ਤੇ ਨਹੀਂ ਦਊਂਗਾ, ਪਰ ਕਿਤੇ ਨਾ ਕਿਤੇ ਮੇਰਾ ਵੀ ਮਨ ਟੁੱਟਿਆ ਸਿੱਖੀ ਨਾਲ, ਉਹ ਵੀ ਮੁੱਖ ਮੁੜਿਆ ਵੀ ਐਡੇ ਐਡੇ ਵੱਡੇ ਇੱਕ ਦਮਦਮੀ ਟਕਸਾਲ ਦਾ ਮੁਖੀ ਵੀ ਇੱਦਾਂ ਕੌਮ ਨੂੰ ਮਿਸਲੀਡ ਕੀਤਾ ਅਤੇ ਇਹ ਉਹ ਕਰ ਕਰਾ ਕੇ ਉੱਥੇ ਕਰਕੇ ਮੇਰਾ ਇੱਕਦਮ ਮੈਂ ਵਾਲ ਕਟਾਏ ਜਲੰਧਰ ਜਾ ਕੇ 97 ਦੇ ਵਿੱਚ, ਅਤੇ ਫਿਰ ਮੈਂ ਟੋਟਲੀ ਇੱਕ ਲਾਈਫ ਨੂੰ ਮੋੜਾ ਪਾ ਕੇ ਚੇਂਜ ਹੀ ਕਰ ਲਿਆ ਆਪਣੇ ਆਪ ਨੂੰ। ਅਤੇ ਹਾਲਾਂਕਿ ਮੈਨੂੰ ਘਰ ਮਾਤਾ ਨੇ ਬਹੁਤ ਛਿੱਤਰ ਮਾਰੇ, ਬਹੁਤ ਗਾਲਾਂ ਕੱਢੀਆਂ, ਮੈਂ 1.5 ਮਹੀਨਾ ਘਰ ਨਹੀਂ ਵੜਨ ਦਿੱਤਾ ਉਹਨਾਂ ਨੇ, ਅਤੇ ਅਲਟੀਮੇਟਲੀ ਫਿਰ ਔਲਾਦ ਨੂੰ ਐਕਸੈਪਟ ਤਾਂ ਕਰਨਾ ਹੀ ਹੁੰਦਾ। ਸੋ ਉਸ ਤੋਂ ਬਾਅਦ ਮੇਰੀ 97 ਤੋਂ ਬਾਅਦ ਹੁਣ ਤੱਕ ਯਾਨੀ 20-21 ਸਾਲ ਤੋਂ ਆਹੀ ਲੁੱਕ ਹੈ। ਅੱਛਾ, ਉਸ ਦੌਰਾਨ ਜਦੋਂ ਤੁਸੀਂ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ, ਉਹਨਾਂ ਸਫਾਂ 'ਚ ਵਿਚਰਦੇ ਰਹੇ, ਜਿਹੜਾ ਪੁਲਿਸ ਤਸ਼ੱਦਦ ਜਾਂ ਥਾਣੇ ਦੀ ਸੈਰ ਕਰੀ ਫਿਰ ਉਦੋਂ? ਕੀਤੀ ਜੀ, ਕੀਤੀ, ਬਿਲਕੁਲ ਕੀਤੀ। ਥਾਣੇ ਦੀ ਸੈਰ ਮੈਂ 2 ਵਾਰੀ ਕੀਤੀ, ਇੱਕ ਵਾਰੀ ਤਾਂ ਮੈਨੂੰ ਅਤੇ ਮੇਰੇ ਬ੍ਰਦਰ ਨੂੰ ਉਦੋਂ ਚੱਕ ਕੇ ਲੈ ਗਏ ਸੀਗੇ, ਉਹ ਫਾਦਰ ਸਾਹਿਬ ਨੂੰ ਅਰੈਸਟ ਕਰਨ ਆਏ ਸੀਗੇ, ਅਤੇ ਫਾਦਰ ਸਾਹਿਬ ਸੱਜੇ ਖੱਬੇ ਹੋ ਗਏ, ਉਹਨਾਂ 'ਤੇ NSS ਲੱਗੀ ਸੀ, ਨੈਸ਼ਨਲ ਸਿਕਿਉਰਿਟੀ ਐਕਟ ਹੁੰਦਾ ਸੀ ਉਦੋਂ, ਬਹੁਤ ਟਾਡਾ ਤੋਂ ਵੀ ਪੈੜਾ ਹੁੰਦਾ ਸੀ, ਅਤੇ ਉਹਦੇ ਤਹਿਤ ਉਹਨਾਂ ਦੇ ਉੱਤੇ ਉਹਨਾਂ ਨੇ ਕੇਸ ਕੂਸ ਪਾਏ ਸੀਗੇ, ਅਤੇ ਉਹਨਾਂ ਨੂੰ ਲੱਭਦੇ ਲੱਭਦੇ ਉਹ ਇੱਕ ਦਿਨ ਸਵੇਰੇ ਸਵੇਰੇ ਮੈਂ ਅਤੇ ਮੇਰਾ ਬ੍ਰਦਰ ਅਸੀਂ ਸਕੂਲ ਚੱਲੇ ਸੀਗੇ ਜੀ, ਸੰਤ ਸਿੰਘ ਸੁੱਖਾ ਸਿੰਘ ਉੱਥੇ ਅੰਮ੍ਰਿਤਸਰ ਦਾ ਸਕੂਲ ਹੈ, ਅਤੇ ਉਹ ਸਾਨੂੰ ਵਰਦੀਆਂ ਦੇ ਵਿੱਚ ਹੀ ਪੁਲਿਸ ਵਾਲੇ ਚੱਕ ਕੇ ਲੈ ਗਏ ਦੋਵਾਂ ਭਰਾਵਾਂ ਨੂੰ, ਕਿ ਪ੍ਰੈਸ਼ਰ ਪਾਉਣ ਲਈ ਫਾਦਰ ਸਾਹਿਬ 'ਤੇ ਕਿ ਉਹ ਪੇਸ਼ ਹੋਣ, ਮੈਂ ਤਾਂ ਛੱਡਾਂਗੇ। ਸ਼ਾਮ ਤੱਕ ਸਾਨੂੰ ਬਿਠਾਈ ਛੱਡਿਆ ਉਹਨਾਂ ਨੂੰ, ਮੇਰੇ ਖਿਆਲ ਸਾਹਿਬ ਮੈਂ 12 ਸਾਲ ਦਾ ਸੀ, ਉਹ 14 ਸਾਲ ਦਾ ਸੀ ਉਦੋਂ, ਅਤੇ ਉਹ ਪੂਰਾ ਦਿਨ ਥਾਣੇ 'ਚ ਲੰਘਿਆ, ਅਤੇ ਉਹਨਾਂ ਨੇ ਬਿਠਾਇਆ ਵੀ ਸਾਨੂੰ ਉਹ ਜਿਹੜੀ ਉੱਥੇ ਹਵਾਲਾਤ ਜੀ ਹੁੰਦੀ ਕੈਦੀ ਦੀ ਬੈਰਕ ਦੇ ਸਾਹਮਣੇ, ਸਾਨੂੰ ਦੋਵਾਂ ਬੱਚਿਆਂ ਨੂੰ ਬਿਠਾ ਛੱਡਿਆ। ਅਤੇ ਉਹ ਉਸ ਤੋਂ ਬਾਅਦ ਫਿਰ ਜਦੋਂ ਬ੍ਰਦਰ ਮੇਰੇ ਦੀ ਸ਼ਹੀਦੀ ਹੋਈ, ਉਸ ਤੋਂ ਬਾਅਦ ਕੋਈ ਸਾਡੇ ਇਲਾਕੇ 'ਚ ਕੋਈ ਵਾਰਦਾਤ ਹੋਈ ਸੀ, ਅਤੇ ਉਹ ਅੱਧੀ ਰਾਤ ਨੂੰ ਉਹਨਾਂ ਨੂੰ ਸ਼ੱਕ ਸੀ ਕਿ ਇਹ ਖੜਕੂ ਸਿੰਘ ਦਾ ਪਰਿਵਾਰ ਹੈ ਅਤੇ ਇੱਧਰ ਸ਼ਾਇਦ ਉਹ ਆਏ ਹੋਣਗੇ, ਸੋ ਉਹ ਮੈਨੂੰ ਅਰੈਸਟ ਕਰਕੇ ਲੈ ਗਏ ਅੱਧੀ ਰਾਤ ਨੂੰ, ਅਤੇ ਮੈਨੂੰ ਪੂਰੀ ਉਹਨਾਂ ਨੇ 2.5-3 ਘੰਟੇ ਦੇ ਸਫ਼ਰ ਕਰਕੇ, ਅਤੇ ਬਾਰਡਰ 'ਤੇ ਇੱਕ ਚੌਂਕੀ ਹੁੰਦੀ ਸੀ ਸਰਾਏ ਮਾਨੰਦ ਖਾਨ ਜੀ, ਉਹਨਾਂ ਮੈਨੂੰ ਪੂਰਾ ਕਵਰ ਕੀਤਾ ਹੋਇਆ ਸੀ, ਮੇਰੇ ਸਿਰ 'ਤੇ ਕੇਸਰੀ ਪਰਨਾ ਸੀ, ਉਹਨੇ ਮੈਨੂੰ ਐਂ ਪੂਰਾ ਬੰਨਿਆ ਸੀ, ਪਰ ਉਹ ਕਿਤੇ ਉਹ ਲਾਈਟ ਜੀ ਜਗਦੀ ਦੇ ਵਿੱਚੋਂ ਮੈਨੂੰ ਉਹ ਚੌਂਕੀ ਦਾ ਨਾਂ ਪੜਿਆ ਗਿਆ, ਅਤੇ ਉਹ ਚੌਂਕੀ ਮਸ਼ਹੂਰ ਹੁੰਦੀ ਸੀ ਕਿ ਉੱਥੇ ਕੁਛ ਘੁਸਪੈਠੀਏ ਬਹੁਤ ਬਣਾ ਕੇ ਮਾਰਦੇ, ਕਿ ਪਾਕਿਸਤਾਨ ਵੱਲੋਂ ਆਉਂਦਾ ਕੁਛ ਘੁਸਪੈਠੀਆ ਇੱਧਰ ਸਰਾਏ ਮਾਨੰਦ ਖਾਨ ਚੌਂਕੀ ਖਾਵੇ, ਅਤੇ ਉਹ ਪੂਰੀ ਰਾਤ ਉਹਨਾਂ ਨੇ ਟੋਰਚਰ ਵੀ ਕੀਤਾ, ਤਸ਼ੱਦਦ ਵੀ ਕੀਤਾ, ਪੁੱਛਦੇ ਰਹੇ ਵੀ ਕੀ ਕੌਣ ਆਇਆ ਸੀ, ਕਿੱਦਾਂ ਆਇਆ ਸੀ, ਅਤੇ ਉਹ ਦੌਰ ਵੀ ਦੇਖਿਆ, ਉਹਦੇ 'ਚ ਖੰਡਾਇਆ ਵੀ ਜੀ। ਅਤੇ ਫਿਰ ਜਿਹੜੀ ਸਾਡਾ ਹੱਕ ਫਿਲਮ ਬਣੀ ਜੀ, ਉਹਦੇ ਵਿੱਚ ਤੁਸੀਂ ਮਤਲਬ ਬਹੁਤ ਹੀ ਵਧੀਆ ਜਥੇ ਰਹਿਵਾਰਾ ਦਾ ਰੋਲ
ਤੁਸੀਂ ਕੀਤਾ, ਇਹ ਫਿਲਮ ਲਿਖੀ ਕਿਹਨੇ ਸੀ? ਮੈਂ ਆਪ ਹੀ ਲਿਖੀ ਸੀ। ਅੱਛਾ ਜੀ। ਸੋ 2004 ਦੇ ਵਿੱਚ ਇੱਕ ਘਟਨਾ ਵਾਪਰੀ ਸੀ ਜਦੋਂ ਭਾਈ ਜਗਤਾਰ ਸਿੰਘ ਵਾਰਾ ਅਤੇ ਸਾਰੇ ਸਾਥੀ ਫਰਾਰ ਹੋ ਗਏ ਸੀ ਬੁੜੈਲ ਜੇਲ੍ਹ 'ਚ। ਹਾਂਜੀ ਹਾਂਜੀ। ਸੋ ਮੈਨੂੰ ਲੱਗਾ ਕਿ ਹਾਂ ਕਹਾਣੀ ਮਿਲ ਗਈ ਹੈ। ਸੋ ਇਹ ਬੰਦਿਆਂ ਨੂੰ ਇਹ ਖਾੜਕੂਆਂ ਦੀ ਕਹਾਣੀ ਦੇ ਥਰੂ ਮੈਂ ਉਹ ਗੱਲ ਸਾਰੀ ਉਸ ਦੌਰ ਦੀ ਕਰੂੰਗਾ। ਗੱਲ ਮੇਰੀ ਕੋਈ ਇਹ ਮੈਨੂੰ ਮੇਰੀ ਕੋਈ ਐਕਟਰ ਬਣਨ ਦੀ ਐਡੀ ਕੋਈ ਇੱਛਾ ਨਹੀਂ ਸੀਗੀ, ਮਤਲਬ ਨਾ ਹੀ ਮੈਨੂੰ ਲੱਗਦਾ ਕਿ ਮੈਂ ਬਹੁਤ ਕੋਈ ਕਾਮਯਾਬ ਐਕਟਰ ਬਣ ਸਕਦਾ ਜਾਂ ਮੇਰਾ ਕੋਈ ਮੇਰਾ ਇਹ ਐਡਾ ਵੱਡਾ ਇਹ ਏਮ ਉਨਾ ਵੱਡਾ ਨਹੀਂ ਸੀ। ਹੈਗਾ ਜ਼ਰੂਰ ਸੀ ਕਿਤੇ ਅੰਦਰ ਮੈਨੂੰ ਲੱਗਦਾ ਸੀ ਅਤੇ ਵੀ ਮੈਂ ਬਣ ਸਕਦਾ, ਪਰ ਮੈਂ ਜਿਹਨੂੰ ਪੁੱਛਦਾ ਸੀਗਾ ਕਿ ਯਾਰ ਮੈਨੂੰ ਲੱਗਦਾ ਮੈਂ ਐਕਟਰ ਬਣ ਸਕਦਾ, ਉਹ ਕਹਿੰਦਾ ਉਹ ਤਾਂ ਮੈਨੂੰ ਵੀ ਲੱਗਦਾ। ਇਸ ਪ੍ਰੋਗਰਾਮ ਤੋਂ ਪਹਿਲਾਂ ਨਾ ਗੱਲਬਾਤ ਕਰ ਰਿਹਾ ਸੀ ਕਿ ਭੀਸ਼ਮ ਪਿਤਾਮਾ ਜਿਹੜਾ ਮਹਾਂਭਾਰਤ ਦੇ ਵਿੱਚ ਇੱਕ ਕਰੈਕਟਰ ਸੀ ਉਹ ਇੰਨਾ ਵਧੀਆ ਐਕਟਿੰਗ ਕੀਤੀ ਕਿ ਅੱਜ ਤੱਕ ਕਿਸੇ ਫਿਲਮ 'ਚ ਆਵੇ ਉਹ ਚੱਲਿਆ ਨਹੀਂ, ਕਿਉਂਕਿ ਲੋਕਾਂ ਨੂੰ ਭੀਸ਼ਮ ਪਿਤਾਮਾ ਸਮਝਦੇ। ਹਾਂਜੀ, ਉਹ ਮੁਕੇਸ਼ ਖੰਨਾ ਆਇਆ ਵੈਸੇ ਐਕਟਰ, ਇੱਦਾਂ ਦਾ ਬਹੁਤ ਐਕਟਰਾਂ ਨਾਲ ਹੋਇਆ ਭਾਜੀ ਜੀ। ਸਾਨੂੰ ਮੈਨੂੰ ਐਗਜੈਕਟਲੀ ਇਵੇਂ ਹੀ ਲੱਗਦਾ ਸੀ ਵੀ ਤੁਸੀਂ ਸਾਡਾ ਹੱਕ ਫਿਲਮ ਬਣਾ ਕੇ ਤੁਸੀਂ ਉਹ ਕਰੈਕਟਰ ਦੇ ਵਿੱਚ ਇੰਨਾ ਵੜ ਗਏ ਕਿ ਤੁਹਾਨੂੰ ਅਤੇ ਸਾਨੂੰ ਸਾਰਿਆਂ ਨੂੰ ਲੱਗਿਆ ਕਿ ਇਹੀ ਬੰਦਾ ਅਸਲੀ ਆ ਅਤੇ ਇਹ ਬੰਦੇ ਦੀ ਆਹ ਲੁੱਕ, ਮਤਲਬ ਉਹ ਹਵਾਰਾ ਭਾਈ ਹਵਾਰਾ ਤੁਸੀਂ ਲੱਗਦੇ ਸੀ ਜੀ। ਪਰ ਉਹ ਤੋਂ ਬਾਅਦ ਜਦੋਂ ਫਿਰ ਤੁਸੀਂ, ਮੈਨੂੰ ਲੱਗਿਆ ਕਿ ਭੀਸ਼ਮ ਪਿਤਾਮਾ ਵਾਲੇ ਤੋਂ ਡਰਦੇ ਨਾ ਹੁਣ ਇਹ ਬੈਕ ਗੇਅਰ ਲਾ ਰਿਹਾ ਬਈ, ਕਹਿੰਦੇ ਵੀ ਨਹੀਂ ਯਾਰ ਮੈਂ ਤਾਂ ਐਕਟਰ ਹਾਂ, ਮੈਂ ਹੋਰ ਫਿਲਮਾਂ 'ਚ ਵੀ ਕੰਮ ਕਰਨਾ, ਕਿਤੇ ਮੈਂ ਸਟੱਕ ਨਾ ਹੋ ਜਾਵਾਂ। ਕਿੰਨੀ ਕੁ ਸੱਚਾਈ ਆ? ਹਾਂ ਬਿਲਕੁਲ ਸੱਚਾਈ ਹੈ ਇਹਦੇ ਵਿੱਚ, ਕਿਉਂਕਿ ਜਦੋਂ ਮੈਂ ਉਹ ਗੈਟਅਪ ਲਿਆ ਜੀ ਸਾਡਾ ਹੱਕ ਜਦੋਂ ਬਣਾਉਣੀ 2012 'ਚ ਸ਼ੁਰੂ ਕੀਤੀ ਸੀ ਜੀ, ਅਤੇ 12 ਦੇ ਵਿੱਚ ਮੈਂ ਦਾੜੀਆਂ ਦੂੜੀਆਂ ਟਰਾਈ ਕੀਤੀਆਂ, ਪਹਿਲਾਂ ਕਲੀਨ ਸ਼ੇਵ ਕਰਕੇ, ਮੇਕਅਪ ਵਾਲਾ ਸਾਡਾ ਰਾਜ ਉੱਥੇ ਸੀਗਾ, ਹੁਣ ਵੀ ਬੜਾ ਵੱਡਾ ਮੇਕਅਪ ਆਰਟਿਸਟ ਆ, ਉਹਨੇ ਦਾੜੀਆਂ ਲਾਈਆਂ, ਕਈ ਲਾਈਆਂ, ਫੋਟੋਆਂ ਖਿੱਚੀਆਂ, ਅਤੇ ਉਹ ਲੁੱਕ ਜਿਹੜੀ ਸੀਗੀ ਚਾਹੀਦੀ ਭਾਈ ਹਵਾਰਾ ਵਾਲੀ ਸਿਮਿਲੈਰਿਟੀ, ਉਹ ਮੈਚ ਨਹੀਂ ਸੀ ਕਰ ਰਹੀ, ਅਤੇ ਮੈਂ ਫਿਰ ਕਿਹਾ ਮੈਂ ਕਿਹਾ ਓਰੀਜਨਲ ਰੱਖਦੇ ਹਾਂ ਦਾੜੀ ਜੀ, ਅਤੇ ਉਦੋਂ ਡਾਇਰੈਕਟਰ ਸਾਡਾ ਹੋਰ ਸੀਗਾ ਮੁੰਡਾ ਰਾਹੁਲ ਸੂਦ ਉੱਥੋਂ, ਅਤੇ ਉਹ ਕਹਿੰਦਾ ਯਾਰ ਇਹਨੂੰ ਟਾਈਮ ਲੱਗੂਗਾ, ਅਤੇ ਮੈਂ ਕਿਹਾ ਕੋਈ ਨਹੀਂ ਟਾਈਮ ਲਾ ਲੈਂਦੇ ਹਾਂ ਆਪਾਂ ਨੂੰ ਕਿਹੜੀ ਕਾਹਲੀ ਹੈ ਜੀ, ਅਤੇ ਉਹ ਫਿਰ ਅਸੀਂ ਸਕ੍ਰਿਪਟ ਦੇ ਉੱਪਰ ਕੰਮ ਕਰਦੇ ਰਹੇ ਅਤੇ ਮੈਂ ਨਾਲ ਦੀ ਨਾਲ ਦਾੜੀ ਵਧਾਉਂਦਾ ਰਿਹਾ, ਅਤੇ ਉਹ ਦਾੜੀ 8-9 ਮਹੀਨੇ ਦੇ ਵਿੱਚ ਪੂਰੀ ਜਿਹੜਾ ਬਣ ਗਈ ਸ਼ੇਪ ਸੀਗੀ, ਉਹ ਕੁਦਰਤੀ ਮੇਰੇ ਇੱਧਰ ਆਉਂਦੀ ਨਹੀਂ ਦਾੜੀ ਕੱਟ ਸੀ, ਹਾਂ, ਅਤੇ ਉਹ ਆ ਹੁਣ ਮੈਂ ਜਿਹੜੀ ਇਸ ਵੇਲੇ ਦੇਖ ਰਹੀ ਹੈ ਇਹ ਮੈਂ ਬਾਅਦ 'ਚ ਟਰਾਂਸਪਲਾਂਟ ਕਰਾਏ ਇੱਥੇ ਕਵਾ ਲੈਂਦੇ। ਅੱਛਾ ਜੀ। ਅਸਲ 'ਚ ਮੇਰੇ ਇੱਥੋਂ ਇੰਨੀ ਕੀ ਆਉਂਦੀ ਹੈ ਹਲਕੀ ਜੀ, ਜਿੱਦਾਂ ਹਾਂ ਹਾਂ, ਅਤੇ ਉਹ ਸੇਮ ਉਹੀ ਲੁੱਕ ਆਈ, ਅਤੇ ਉਹ ਫਿਰ ਸਾਨੂੰ ਸਾਰਿਆਂ ਨੂੰ ਲੱਗਾ ਕਿ ਹਾਂ ਮਿਲ ਗਈ ਲੁੱਕ, ਅਤੇ ਉਹਨੀ ਦੇਰ ਨੂੰ ਡਾਇਰੈਕਟਰ ਸਾਹਿਬ ਵੀ ਸਾਡੇ ਬਦਲ ਗਏ, ਮਨਦੀਪ ਬੈਨੀਪਾਲ ਹੁਣੀ ਆ ਗਏ ਔਨ ਬੋਰਡ, ਅਤੇ ਉਹ ਫਿਰ ਉਸ ਲੁੱਕ ਦੇ ਵਿੱਚ ਜਦੋਂ ਮੈਂ ਫਿਲਮ ਬਣਾਈ, ਪਹਿਲਾਂ ਅਸੀਂ ਉਸ ਲੁੱਕ 'ਚ ਸਾਰਾ ਉਹ ਪੋਰਸ਼ਨ ਸ਼ੂਟ ਕੀਤਾ ਜੇਲ੍ਹ ਵਾਲਾ ਸਾਰੀ ਉਹ ਲੁੱਕ, ਫਿਰ ਉਹਦੇ 'ਚ ਮੈਂ ਦਾੜੀ ਕੱਟੀ ਵੀ, ਉਹ ਮਿਸ ਕਰ ਗਏ ਲੋਕ, ਉਹਦੇ 'ਚ ਮੈਂ ਬਹੁਤ ਸਾਰੀ ਦਾੜੀ ਕੱਟ ਕੇ ਨਿੱਕੀ ਜਿਹੀ ਯੰਗ ਲੁੱਕ ਬਣਾਈ, ਇੱਕ ਗਾਣਾ ਕੀਤਾ ਰੋਮੈਂਟਿਕ ਜਿਹੜਾ ਹਾਕੀ ਪਲੇਅਰ ਸੀਗਾ ਉਹਦਾ, ਜਦੋਂ ਫਲੈਸ਼ਬੈਕ ਦਿਖਾਉਣੀ ਹੈ ਉਹ ਚੀਜ਼ ਨੂੰ ਨੋਟ ਨਹੀਂ ਕੀਤਾ ਵੀ ਯਾਰ ਇਹ ਬੰਦੇ ਦੀ ਦਾੜੀ ਛੋਟੀ ਕਿੱਦਾਂ ਹੋ ਗਈ, ਹੈ ਨਾ, ਉਹਦੇ 'ਚ ਮੈਂ ਛੋਟੀ ਵੀ ਕੀਤੀ, ਪਰ ਉਹ ਤੁਹਾਡੀ ਐਕਟਿੰਗ ਦਾ ਕਮਾਲ ਸੀ ਜੀ, ਮਤਲਬ ਉਹ ਤੁਸੀਂ ਬਿਲਕੁਲ ਹੀ, ਮਤਲਬ ਤੁਸੀਂ ਹਵਾਰੇ ਲੱਗ ਰਹੇ ਸੀ। ਪਰ ਹੁਣ ਜਿਹੜੀ ਗੱਲ ਬਲਵੰਤ ਸਿੰਘ ਰਾਜਾ ਉਹਨਾਂ ਦੀ ਸਿਸਟਰ ਨੇ ਕਹੀ ਆ ਕਿ ਉਹ ਫਿਲਮ ਦੀ ਕਹਾਣੀ ਫਿਲਮ ਹੀ ਆ, ਇੱਕ ਅਸਲੀ ਕੀ ਹੋਇਆ ਸੀਗਾ, ਉਹਨਾਂ ਨੇ ਨਾ ਸਾਡੇ ਤੱਕ ਅਪਰੋਚ ਕੀਤੀ ਆ ਨਾ ਸਾਨੂੰ ਪੁੱਛਿਆ, ਅਸਲੀ ਕਹਾਣੀ ਕੋਈ ਹੋਰ ਸੀਗੀ, ਤੁਸੀਂ ਕਿੰਨੇ ਕੁ ਲੋਕਾਂ ਨੂੰ ਮਿਲੇ ਹੋ ਉਸ ਸੰਬੰਧ 'ਚ? ਉਹ ਬਿਲਕੁਲ, ਜੇ ਤਾਂ ਉਹ ਇਹ ਕਹਿ ਰਹੇ ਨੇ ਆਪਣੇ ਕਿ ਆਈ ਥਿੰਕ ਕਵਲਜੀਤ ਕੌਰ ਨਾਮ ਉਹਨਾਂ ਦਾ, ਮੈਂ ਇਹ ਉਹਨਾਂ ਨੇ ਕਈ ਵਾਰ ਗੱਲ ਹੋਈ ਫੋਨ 'ਤੇ, ਜੇ ਉਹ ਕਹਿ ਰਹੇ ਨੇ ਸਾਡੇ ਤੱਕ ਅਪਰੋਚ ਨਹੀਂ ਕੀਤਾ ਤਾਂ ਝੂਠ ਬੋਲ ਰਹੇ, ਕਿਉਂਕਿ ਮੈਂ ਉਹਨਾਂ ਨਾਲ ਫੋਨ 'ਤੇ ਬਹੁਤ ਲੰਬੀਆਂ ਚਰਚਾਵਾਂ ਕੀਤੀਆਂ ਨੇ, ਅਤੇ ਉਹਨਾਂ ਦੇ ਬਹੁਤ ਜ਼ਿਆਦਾ ਡਿਫਰੈਂਸਿਸ ਸੀਗੇ ਭਾਈ ਹਵਾਰਾ ਨਾਲ ਲੈ ਕੇ, ਉਹ ਗਲਤ ਵੀ ਬੋਲਦੇ ਸੀ ਉਹਨਾਂ ਬਾਰੇ ਵੀ ਨਹੀਂ ਉਹ ਤਾਂ ਇਹ ਵੋ, ਅਤੇ ਖੈਰ ਮੈਂ ਉਹ ਗੱਲਾਂ ਨਹੀਂ ਕਰਨੀਆਂ, ਅਤੇ ਉਹ ਮੈਂ ਸਾਰੇ ਬੰਦਿਆਂ ਨੂੰ ਅਪਰੋਚ ਕੀਤਾ ਜਿਹੜੀਆਂ ਜਿਹੜੀਆਂ ਵੀ ਧਿਰਾਂ ਨਾਲ ਸੀਗੀਆਂ, ਉਹ ਉਹਨਾਂ ਨੂੰ ਗੱਲ ਕੀਤੀ, ਕੁਛ ਪੁਲਿਸ ਵਾਲਿਆਂ ਬੰਦਿਆਂ ਨਾਲ ਵੀ ਮੈਂ ਗੱਲ ਕੀਤੀ ਕਿ ਇਹ ਜੋ ਵੀ ਉਹਨਾਂ ਦਾ ਪੁਆਇੰਟ ਆਫ ਵਿਊ ਕੀ ਹੈ। ਸੋ ਉਹ ਸਾਰੀ ਗੱਲਬਾਤ ਤੋਂ ਬਾਅਦ ਹੀ ਇਹ ਜਿਹੜੀ ਕਹਾਣੀ ਸੀ ਮੈਂ ਲਿਖੀ, ਅਤੇ ਇਹ ਗੱਲ ਜਿੱਥੋਂ ਤੱਕ ਮੈਂ ਉਦੋਂ ਵੀ ਕਹਿੰਦਾ ਰਿਹਾ ਅਤੇ ਹੁਣ ਵੀ ਕਿਹਾ ਕਿ ਇਹ ਜਿਹੜੀ ਫਿਲਮ ਹੈ ਇੱਕ ਹਿਸਟੋਰੀਕਲ ਡਾਕੂਮੈਂਟ ਨਹੀਂ ਆ, ਨਾ ਹੀ ਕੋਈ ਫਿਲਮ ਹੁੰਦੀ ਹੈ, ਅਤੇ ਨਾ ਹੀ ਅਸੀਂ ਇਹਦੇ ਵਿੱਚ ਕਿਹਾ, ਅਸੀਂ ਉਹਦੇ 'ਚ ਬਿਗਨਿੰਗ ਵਿੱਚ ਹੀ ਇਹ ਕਿਹਾ ਕਿ ਇਹ ਫਿਕਸ਼ਨਲ ਰੀਪ੍ਰਜੈਂਟੇਸ਼ਨ ਹੈ ਉਹਨਾਂ ਘਟਨਾਵਾਂ ਦੀ, ਅਤੇ ਉਹ ਡੈਫੀਨੇਟਲੀ ਉਹ ਜਿਹੜੀ ਘਟਨਾ ਜਿਹੜੀ ਬੇਅੰਤ ਸਿੰਘ ਦਾ ਅਸੈਸੀਨੇਸ਼ਨ ਹੋਇਆ ਸੀ ਉਹ ਜਿੱਦਾਂ ਅਸੀਂ ਫਿਲਮ 'ਚ ਦਿਖਾਇਆ ਬਿਲਕੁਲ ਉੱਦਾਂ ਨਹੀਂ ਸੀ ਹੋਇਆ, ਇਹ ਮੈਂ ਵੀ ਚੰਗੀ ਤਰ੍ਹਾਂ ਜਾਣਦਾ ਜਿਹੜੇ ਲੋਕ ਉਸ ਪਤਾ ਹੈ ਉਹਨਾਂ ਨੂੰ ਵੀ ਉੱਦਾਂ ਨਹੀਂ ਹੋਇਆ, ਅਸੀਂ ਉਹਦੇ 'ਚ ਇੱਕ ਫਿਲਮ ਮੇਕਰ ਦੇ ਤੌਰ 'ਤੇ ਅਸੀਂ ਉਹ ਲਿਬਰਟੀ ਲੈ ਕੇ ਉਹਨੂੰ ਕੋਈ ਚੀਜ਼ਾਂ ਉੱਥੇ ਪਲੇ ਕੀਤੀਆਂ, ਕਿਉਂਕਿ ਅਸੀਂ ਉੱਥੇ ਦਿਖਾਇਆ ਕਿ ਜਿਹੜਾ ਮੇਰਾ ਕਰੈਕਟਰ ਕਰਤਾਰ ਸਿੰਘ ਉੱਥੇ ਮੌਜੂਦ ਸੀ, ਜਦਕਿ ਭਾਈ ਹਵਾਰਾ ਉੱਥੇ ਬਿਲਕੁਲ ਨਹੀਂ ਸੀ। ਸੋ ਉਹ ਸਾਰੀਆਂ ਗੱਲਾਂ ਕਈ ਅਸੀਂ ਫਿਕਸ਼ਨਲਾਈਜ਼ ਕੀਤੀਆਂ ਉਹਦੇ ਵਿੱਚ। ਅਸੀਂ ਸਾਡਾ ਹੱਕ ਫਿਲਮ ਹੈ ਜਿਹੜੀ ਉਹ ਤੋਂ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਬਹੁਤ ਬੱਚੇ ਇੰਸਪਾਇਰ ਹੋਏ ਬਾਹਰਲੇ ਮੁਲਕਾਂ 'ਚ ਰਹਿੰਦੇ ਲੋਕ ਵੀ, ਉਹਨਾਂ ਨੂੰ ਲੱਗਿਆ ਕਿ ਚੰਡੀਗੜ੍ਹ ਬੈਠਾ ਇੱਕ ਬੰਦਾ ਯਾਰ ਇਹ ਗੱਲ ਕਰ ਰਿਹਾ
ਅਤੇ ਕੋਈ ਪ੍ਰੈਸ਼ਰ ਪ੍ਰੁਸ਼ਰ ਪਏ ਸਰਕਾਰਾਂ ਵੱਲੋਂ ਜਾਂ ਪੁਲਿਸ ਕਹਿੰਦੇ ਵੀ ਇਹ ਕੀ ਕਰ ਰਹੇ ਹੋ ਤੁਸੀਂ, ਮਤਲਬ ਸ਼ਾਂਤੀ ਦੇ ਦੂਤ ਸਰਦਾਰ ਬੇਅੰਤ ਸਿੰਘ ਦਾ ਕਤਲ ਕਰ ਰਹੇ ਹੋ? ਹਾਂ ਬਿਲਕੁਲ, ਪ੍ਰੈਸ਼ਰ ਬਹੁਤ ਜ਼ਿਆਦਾ ਪਿਆ ਜੀ। ਪਹਿਲੀ ਗੱਲ ਤਾਂ ਇਹ, ਜਦੋਂ ਸਾਡਾ ਹੱਕ ਮੈਂ ਬਣਾ ਲਈ ਜੀ, ਕੰਪਲੀਟ ਹੋ ਗਈ, ਅਤੇ ਉਸ ਤੋਂ ਬਾਅਦ ਮੈਂ ਫਿਰ ਇਸੇ ਲੁੱਕ 'ਚ ਵਾਪਸ ਆ ਗਿਆ ਸੀਗਾ, ਅਤੇ ਮੈਂ ਇਸੇ ਲੁੱਕ ਦੇ ਵਿੱਚ ਜਿਹੜੀਆਂ ਮੇਰੀਆਂ ਪਹਿਲੀਆਂ ਇੰਟਰਵਿਊਜ਼ ਨੇ ਅਜੇ ਵੀ ਪਈਆਂ ਨੇ, ਡੇ ਐਂਡ ਨਾਈਟ ਚੈਨਲ ਹੁੰਦਾ ਸੀ ਕਮਰ ਸੰਧੂ ਹੁਣਾਂ ਦਾ, ਉੱਥੇ ਮੈਂ ਜਾ ਕੇ ਇੱਕ ਦੋ ਇੰਟਰਵਿਊਜ਼ ਕੀਤੀਆਂ ਮੀਡੀਆ ਦੇ ਨਾਲ ਵੀ, ਮੈਂ ਇਸੇ ਰੂਪ 'ਚ ਰੂਬਰੂ ਹੋਇਆ ਕਿ ਮੈਂ ਉਹਨਾਂ ਦੇ ਉੱਤੇ ਫਿਲਮ ਬਣਾਈ ਆ। ਉਹ ਇੱਕਦਮ ਜਦੋਂ ਇਹ ਗੱਲ ਆਊਟ ਹੋਈ ਅਤੇ ਉਹ ਨਾਲ ਦੀ ਨਾਲ ਹੀ ਅਪਰੋਚ ਕਰਨਾ ਸ਼ੁਰੂ ਕਰ ਦਿੱਤਾ, ਉਹ ਜਿਹੜੇ ਵੀ ਉੱਥੋਂ ਦੇ ਇੰਟੈਲੀਜੈਂਸ ਏਜੰਸੀਆਂ ਦੇ ਬੰਦੇ ਹੁੰਦੇ ਆ, ਉਹਨਾਂ ਨੇ ਕਿਹਾ ਕਿ ਸਾਨੂੰ ਮਿਲੋ, ਸਾਨੂੰ ਫਿਲਮ ਦਿਖਾਓ। ਪੁਲਿਸ ਦਾ ਪ੍ਰੈਸ਼ਰ ਨਾਲ ਦੀ ਨਾਲ ਸੀ ਕਿ ਫਿਲਮ ਦਿਖਾਓ, ਹਰ ਕੋਈ ਇਹੀ ਮੰਗ ਕਰ ਰਿਹਾ ਫਿਲਮ ਦਿਖਾਓ, ਅਤੇ ਮੈਂ ਇਹੀ ਕਹਿੰਦਾ ਸੀ ਕਿ ਫਿਲਮ ਦਿਖਾਵਾਂਗੇ ਜੀ, ਬਿਲਕੁਲ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ, ਅਤੇ ਫਿਲਮ ਅਜੇ ਉੱਥੇ ਐਡੀਟਿੰਗ ਚੱਲ ਰਹੀ ਆ ਬੰਬੇ ਵਿੱਚ, ਅਤੇ ਉੱਥੋਂ ਐਡੀਟਿੰਗ ਹੋ ਕੇ ਅਤੇ ਸਭ ਤੋਂ ਪਹਿਲਾਂ ਫਿਲਮ ਸੈਂਸਰ ਕੋਲ ਜਾਊਗੀ ਜੀ, ਅਤੇ ਸੈਂਸਰ ਨੇ ਜੇ ਪਾਸ ਕਰਤੀ ਤਾਂ ਫਿਰ ਤੁਹਾਡੀਆਂ ਏਜੰਸੀਆਂ ਜਾਂ ਪੰਜਾਬ ਪੁਲਿਸ ਇਹ ਉਹ ਸਾਰੀ ਇਹਨਾਂ ਦੀ ਕੋਈ ਉਹ ਹੈ ਨਹੀਂ ਗੀ ਲੀਗਲ ਰਾਈਟ ਕਿ ਸਾਨੂੰ ਕਹਿਣ ਫਿਲਮ ਦਿਖਾਓ। ਮੈਂ ਇੱਦਾਂ ਹੀ ਗੱਲ ਕਰਦਾ ਸੀ ਉਹਨਾਂ ਨਾਲ, ਅਤੇ ਉਹ ਕਰਦੇ ਕਰਦੇ ਜਦੋਂ ਫਿਲਮ ਸੈਂਸਰ ਦੇ ਵਿੱਚ ਗਈ, ਸੈਂਸਰ 'ਚ ਉਹਨਾਂ ਨੇ ਰਿਜੈਕਟ ਕਰਤੀ। ਅੱਛਾ, ਦੂਸਰੇ ਸੈਂਸਰ ਦੀ ਕਮੇਟੀ ਕੋਲ ਗਈ ਜਿਹੜੀ ਰਿਵਾਈਜ਼ਿੰਗ ਕਮੇਟੀ ਹੁੰਦੀ ਆ, ਉਹਨਾਂ ਨੇ ਤਾਂ ਰਿਜੈਕਟ ਹੀ ਨਹੀਂ ਕੀਤੀ, ਸਾਡੇ 'ਤੇ ਬਹੁਤ ਸਾਰੇ ਐਲੀਗੇਸ਼ਨ ਲਗਾਏ ਕਿ ਇਹ ਇੱਕ ਖਾਲਿਸਤਾਨ ਦਾ ਪ੍ਰੋਪੇਗੰਡਾ ਹੈ, ਇਹਦੇ 'ਚ ਇਹਨਾਂ ਨੂੰ ਫੰਡ ਕੀਤਾ ਗਿਆ ਵਾ ਕੈਨੇਡਾ ਦੀ ਕਿਸੇ ਏਜੰਸੀ ਉਹ ਆਪਣੀ ਔਰਗੇਨਾਈਜੇਸ਼ਨ ਵੱਲੋਂ ਕਰਿਆ ਵੀ ਸੀ, ਅਤੇ ਨਹੀਂ ਇਹੋ ਜਿਹਾ ਕੁਛ ਬਿਲਕੁਲ ਨਹੀਂ। ਇਹ ਸਾਰੇ ਬੰਦੇ ਜਿੰਨਿਆਂ ਨੇ ਵੀ ਸਾਡੀ ਬਾਅਦ 'ਚ ਫਿਲਮ ਪ੍ਰਮੋਟ ਕੀਤੀ ਹੈ, ਉਹ ਸਾਰੇ ਸਾਡੀ ਫਿਲਮ ਬਣਨ ਤੋਂ ਬਾਅਦ ਉਹਨਾਂ ਨੇ ਡਿਸਟ੍ਰੀਬਿਊਸ਼ਨ ਰਾਈਟ ਵੱਖਰੇ ਵੱਖਰੇ ਲੋਕਾਂ ਨੇ ਲਏ, ਅਤੇ ਇਹ ਸਾਰੀਆਂ ਸਾਡੇ 'ਤੇ ਐਲੀਗੇਸ਼ਨ ਲਾ ਕੇ, ਅਤੇ ਉਹਨਾਂ ਨੇ ਸਾਨੂੰ ਲੰਬਾ ਚੌੜਾ ਪਲੰਦਾ ਬਣਾ ਕੇ ਦੇਤਾ ਵੀ ਇਹ ਬੰਦਿਆਂ ਦੀ ਜਾਂਚ ਹੋਣੀ ਚਾਹੀਦੀ ਕਿ ਇਹਨਾਂ ਨੂੰ ਪੈਸੇ ਕਿੱਥੋਂ ਮਿਲੇ। ਅੱਛਾ, ਸੋ ਉਹ ਐਲੀਗੇਸ਼ਨ ਸਾਡੇ 'ਤੇ ਲੱਗਾ, ਅਤੇ ਅਸੀਂ ਪਰ ਉਹ ਡਰੇ ਨਹੀਂ, ਅਸੀਂ ਜਿਹੜੀ ਉਹਨਾਂ ਦਾ ਟ੍ਰਿਬਿਊਨਲ ਹੈ ਦਿੱਲੀ 'ਚ ਬੈਠਦਾ, ਅਸੀਂ ਟ੍ਰਿਬਿਊਨਲ ਕੋਲ ਪਹੁੰਚ ਗਏ ਫਿਲਮ ਲੈ ਕੇ, ਅਤੇ ਉਹ ਸਾਡਾ ਸਫ਼ਰ 6-7 ਮਹੀਨੇ ਦਾ ਸੀਗਾ, ਅਤੇ ਉਹ ਟ੍ਰਿਬਿਊਨਲ ਕੋਲ ਗਏ, ਕਈ ਤਰੀਕਾਂ ਹੋਈਆਂ, ਕਈ ਕੁਛ ਭੁਗਤਿਆ, ਉਹਨਾਂ ਨੇ ਫਿਰ ਫਾਈਨਲੀ ਸਾਡੀ ਫਿਲਮ ਦੇ ਵਿੱਚ ਅਪਰੂਵਲ ਦਿੱਤੀ ਮਾਈਨਰ 1-2 ਕੱਟ ਕੁੱਟ ਕਰਕੇ, ਅਤੇ ਬਲਕਿ ਯੂ ਸਰਟੀਫਿਕੇਟ ਦਿੱਤਾ, ਯਾਨੀ ਯੂਨੀਵਰਸਲ ਸਰਟੀਫਿਕੇਟ ਕਿ ਇਹਨੂੰ ਬੱਚੇ ਵੀ ਦੇਖ ਸਕਦੇ ਆ, ਅਤੇ ਉਹ ਜਦੋਂ ਸਰਟੀਫਿਕੇਟ ਸਾਨੂੰ ਮਿਲ ਗਿਆ, ਇੱਥੇ ਪੰਜਾਬ ਸਰਕਾਰ ਨੂੰ, ਬਾਦਲ ਸਰਕਾਰ ਨੂੰ, ਇਹਨਾਂ ਨੂੰ ਬੜੀਆਂ ਮਿਰਚਾਂ ਲੱਗੀਆਂ ਕਿ ਯਾਰ ਫਿਲਮ ਕਿੱਦਾਂ ਪਾਸ ਹੋ ਗਈ, ਅਤੇ ਅਸੀਂ ਵੀ ਪੂਰੀ ਉਦੋਂ ਚੜ੍ਹਦੀ ਕਲਾ 'ਚ ਵੀ ਫਿਲਮ ਪਾਸ ਹੋ ਗਈ, ਐਂਡ ਸਾਨੂੰ ਪਤਾ ਵੀ ਸੀ ਕਿ ਇਹ ਫਿਲਮ ਜਿਹੜੀ ਆ ਇਹ ਲੀਗਲ ਅੜਿੱਕਿਆਂ 'ਚੋਂ ਨਿਕਲ ਜੂਗੀ, ਕਿਉਂਕਿ ਜਿਹੜੀ ਸਕ੍ਰਿਪਟ ਲੈਵਲ ਦੇ ਉੱਤੇ ਹੀ ਜਿਹੜੇ ਭਾਈ ਹਵਾਰਾ ਹੋਣਾ ਦੇ ਵਕੀਲ ਸੀ ਅਮਰ ਸਿੰਘ ਚਾਹਲ ਹੋਣੀ, ਉਹਨਾਂ ਦੇ ਨਾਲ ਮੇਰੀ ਇਹ ਸਾਰੀ ਸਕ੍ਰਿਪਟ ਦਾ ਇੱਕ ਇੱਕ ਡਾਇਲੋਗ, ਇੱਕ ਇੱਕ ਲਾਈਨ ਡਿਸਕਸ ਹੋਈ ਸੀਗੀ ਜੀ। ਫਿਰ ਨਵਕਿਰਨ ਸਿੰਘ ਵੀ ਸਾਨੂੰ ਨਾਲ ਹੈਲਪ ਕਰ ਰਹੇ ਸੀਗੇ, ਇਹ ਐਡਵੋਕੇਟ ਜਿਹੜੇ ਸੀਨੀਅਰ ਨੇ ਆਪਣੇ, ਇਹਨਾਂ ਨੂੰ ਅਸੀਂ ਇਨਵੋਲਵ ਕੀਤਾ ਹੋਇਆ ਸੀ, ਅਤੇ ਸਾਨੂੰ ਸੀਗਾ ਕਿ ਇਹਦੇ 'ਚ ਕੋਈ ਇਹੋ ਜਿਹੀ ਗੱਲ ਅਸੀਂ ਦਿਖਾਈ ਨਹੀਂ ਕਿ ਜਿਹਦੇ 'ਤੇ ਉਹ ਬੈਨ ਕਰ ਸਕਣ। ਸੋ ਇਹਨਾਂ ਨੂੰ ਮਿਰਚਾਂ ਲੱਗੀਆਂ ਪੰਜਾਬ ਸਰਕਾਰ ਨੂੰ ਉਦੋਂ, ਅਤੇ ਉੱਪਰੋਂ ਅਸੀਂ ਇੱਕ ਗਾਣਾ ਕੱਢਤਾ ਜੈਜ਼ੀ ਬੀ ਹੋਣਾ ਵਾਲਾ ਬਾਗੀ, ਉਹ ਗਾਣੇ ਨੇ ਫਿਰ ਮਤਲਬ ਇੱਕਦਮ ਜਿਹਨੂੰ ਕਹਿੰਦੇ ਨਾ ਅੱਗ ਲਾ ਦੇਣੀ, ਉਹਨੇ ਅੱਗ ਲਾ ਦਿੱਤੀ, ਅਤੇ ਉਸ ਤੋਂ ਬਾਅਦ ਫਿਰ ਇਹਨਾਂ ਦਾ ਸਾਡੇ 'ਤੇ ਪ੍ਰੈਸ਼ਰ ਹੋ ਗਿਆ ਕਿ ਹੁਣ ਤਾਂ ਤੁਹਾਨੂੰ ਫਿਲਮ ਦਿਖਾਉਣੀ ਹੀ ਪੈਣੀ ਹੈ। ਸੋ ਅਸੀਂ ਜਦੋਂ ਫਿਲਮ ਦਿਖਾਈ, ਫਿਲਮ 'ਚੋਂ ਗਾਣਾ ਸੀਗਾ ਨਹੀਂ, ਉਹ ਫਿਰ ਦੇਖਣ ਕਿ ਯਾਰ ਇਹ ਗਾਣਾ ਤਾਂ ਹੈ ਨਹੀਂ ਗਾ, ਅਤੇ ਕਿੱਦਾਂ ਪ੍ਰਮੋਸ਼ਨਲ ਬੈਨ ਕਿੱਦਾਂ ਕਰੀਏ, ਅਤੇ ਉਹ ਜਿਹੜੀ ਕਮੇਟੀ ਬਿਠਾਈ ਸੀ ਪੰਜਾਬ ਸਰਕਾਰ ਨੇ, ਉਹ ਸਾਰੇ ਮੇਰੇ ਸਾਹਮਣੇ, ਅਸੀਂ ਵੀ ਬੈਠੇ ਸੀ, ਮੈਂ, ਦਿਨੇਸ਼ ਸਾਰੇ, ਅਤੇ ਉਹ ਸਾਡੇ ਸਾਹਮਣੇ ਹੀ ਉਹਨਾਂ 'ਚ ਡਿਸਕਸ਼ਨ ਹੋਣੀ ਸ਼ੁਰੂ ਹੋ ਗਈ ਕਿ ਯਾਰ ਉਹ ਗਾਣਾ ਕਿੱਥੇ ਆ, ਵੀ ਉਹ ਗਾਣਾ ਫੜ ਕੇ ਤਾਂ ਅਸੀਂ ਬੈਨ ਕਰਨੀ ਸੀ, ਅਤੇ ਉਹ ਕਹਿੰਦੇ ਕਿੱਥੇ ਉਹ ਗਾਣਾ, ਤੁਸੀਂ ਸਾਨੂੰ ਜਾਲੀ ਕਾਪੀ ਦਿੱਤੀ ਆ, ਅਸੀਂ ਕਿਹਾ ਬਿਲਕੁਲ ਨਹੀਂ, ਅਸੀਂ ਸਿਨੇਮਿਆਂ 'ਚ ਚੱਲਣੀ ਆ, ਅਤੇ ਉਹ ਫਿਰ ਇੱਕ ਹੋਰ ਬੰਦਾ ਸੀ, ਉਹਨੇ ਗਾਣਾ ਕੱਢਿਆ ਪੈਨ ਡਰਾਈਵ 'ਚ, ਯੂਟਿਊਬ 'ਤੇ ਵੀ ਉਹਨਾਂ ਨੇ ਉਹਨੂੰ ਰੋਕਤਾ ਸੀਗਾ, ਅਤੇ ਉਹਨੇ ਗਾਣਾ ਚਲਾਇਆ, ਅਤੇ ਗਾਣਾ ਚਲਾ ਕੇ ਉਹਦੇ 'ਚ ਮੇਰੇ ਵੀ 1-2 ਸੀਨ ਸੀਗੇ, ਕਹਿੰਦਾ ਆਹ ਦੇਖੋ ਆਹੀ ਬੰਦਾ ਇਹ ਇੱਦਾਂ ਉੱਦਾਂ ਕਰਕੇ, ਅਤੇ ਆਪਾਂ ਉਹਨਾਂ ਨੇ ਫਿਰ ਉਹ ਬਹਾਨਾ ਜਿਹਾ ਬਣਾ ਕੇ ਫਿਲਮ ਬੈਨ ਕਰਤੀ। ਸੋ ਅਸੀਂ ਉਹਦੇ ਕਰਕੇ ਫਿਰ ਸੁਪਰੀਮ ਕੋਰਟ 'ਚ ਗਏ, ਸੁਪਰੀਮ ਕੋਰਟ 'ਚ ਜੋ ਕੁਛ ਹੋਇਆ ਤਕਰੀਬਨ ਸਾਰੀ ਦੁਨੀਆ ਨੂੰ ਪਤਾ, ਉੱਥੇ ਤਰੀਕਾਂ ਭੁਗਤ ਕੇ 1.5 ਮਹੀਨੇ ਦੇ ਵਿੱਚ ਹੀ ਸਾਡੀ ਫਿਲਮ ਜਿਹੜੀ ਸੀ ਉੱਥੋਂ ਕਲੀਅਰ ਹੋ ਗਈ। ਅੱਛਾ, ਫਿਰ ਸਾਰੇ ਕਿਤੇ ਚੱਲ ਗਈ ਸੀਗੀ ਜੀ, ਇਹ ਇੱਕ ਫਿਲਮ ਹੈ ਮੇਰੇ ਖਿਆਲ ਜਿਹੜੀ ਇਸ ਤਰ੍ਹਾਂ ਚੱਲ ਗਈ ਸੀਗੀ ਜੀ, ਉਹ ਤੋਂ ਬਾਅਦ ਬਣਨ ਵਾਲੀਆਂ ਕਈ ਫਿਲਮਾਂ ਜਿਹੜੀਆਂ ਉਹ ਰਹਿ ਵੀ ਗਈਆਂ, ਨਹੀਂ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ 'ਚ ਲੱਗੀਆਂ। ਹਾਂ, ਉਹ ਉਹਨਾਂ ਨੇ ਗਲਤੀ ਕੀਤੀ, ਦੇਖੋ ਨਾ ਤੁਸੀਂ ਜਦੋਂ ਇਹੋ ਜਿਹੀ ਗੱਲ ਕਹਿਣੀ ਆ ਸੈਂਸਿਟਿਵ, ਤਾਂ ਤੁਹਾਨੂੰ ਐਡਵੋਕੇਟਸ ਦੇ ਨਾਲ ਕੰਸਲਟ ਕਰਕੇ ਕਰਨਾ ਚਾਹੀਦਾ ਕੰਮ। ਉਹ ਸਾਰੇ ਵਕੀਲਾਂ ਕੋਲ ਬਾਅਦ 'ਚ ਗਏ ਫਿਲਮ ਬਣਾਉਣ ਤੋਂ ਬਾਅਦ, ਪਰ ਮੈਂ ਵਕੀਲਾਂ ਕੋਲ ਪਹਿਲਾਂ ਚੱਲ ਗਿਆ ਸੀ ਸਕ੍ਰਿਪਟ ਲੈਵਲ 'ਤੇ। ਸੋ ਉਹ ਜਿਹੜਾ ਇੱਕ ਲੀਗਲ ਐਂਗਲ ਹੁੰਦਾ ਕਿ ਤੁਸੀਂ ਨਾਮ ਚੇਂਜ ਕਰਕੇ ਤੁਸੀਂ ਘਟਨਾਵਾਂ ਨੂੰ ਫਿਕਸ਼ਨਲਾਈਜ਼ ਤਰੀਕੇ ਨਾਲ ਕਹਿ ਕੇ, ਅਤੇ ਇੱਕ ਉਹਲਾ ਹੁੰਦਾ ਹਲਕਾ ਜਿਹਾ, ਉਹ ਉਹਲਾ ਉਹ ਲੀਗਲ ਐਂਗਲ ਦੇ ਹਿਸਾਬ ਨਾਲ ਅਸੀਂ ਸਰਕਾਰੀ ਸਕ੍ਰਿਪਟ ਡਿਜ਼ਾਈਨ ਕੀਤੀ ਸੀ, ਜਿਸ ਕਰਕੇ ਸਾਡੀ ਸੁਪਰੀਮ ਕੋਰਟ 'ਚ ਪਾਸ ਹੋ ਗਈ, ਬਾਕੀ ਕਿਸੇ ਦੀ ਨਹੀਂ ਹੋਈ। ਅਤੇ ਫਿਲਮ ਘਾਟੇ ਪੂਰੇ ਕਰ ਗਈ ਜੀ ਸਾਰੇ? ਹਾਂ, ਫਿਲਮ ਨੇ ਦੇਖੋ ਘਾਟੇ ਤਾਂ ਸਾਨੂੰ ਉਸ ਤੋਂ ਪਹਿਲਾਂ ਇੱਕ ਮਿੰਨੀ ਪੰਜਾਬ 'ਚ ਪਏ ਸੀ ਖੈਰ, ਪਰ
ਯੂ ਐਸ 'ਚ ਟੀਮ ਬਿਲਕੁਲ ਜੈਨੂਅਨ ਸੀਗੀ। ਇੰਡੀਆ ਦੇ ਵਿੱਚ ਸਾਡੀ ਫਿਲਮ ਬੈਨ ਹੋ ਗਈ ਸੀ, ਸੋ ਇੰਡੀਆ ਦੇ ਵਿੱਚ ਸਵਾ ਮਹੀਨੇ ਬਾਅਦ ਜਦੋਂ ਫਿਲਮ ਲੱਗੀ ਉੱਥੋਂ ਕੋਈ ਖਾਸ ਕਲੈਕਸ਼ਨ ਨਹੀਂ ਹੋਈ ਸਾਡੀ। ਆਸਟ੍ਰੇਲੀਆ 'ਚ ਮੈਂ ਦੱਸਿਆ ਆਸਟ੍ਰੇਲੀਆ ਨਿਊਜ਼ੀਲੈਂਡ ਵਾਲਾ ਬੰਦਾ ਅਜੇ ਤੱਕ ਭੱਜਿਆ ਹੋਇਆ। ਯੂਰਪ ਵਿੱਚ ਜਿਹੜਾ ਬੰਦਾ ਸੀਗਾ ਪੰਨੂ, ਉਹਨੂੰ ਅਸੀਂ ਅਜੇ ਤੱਕ ਲੱਭ ਰਹੇ ਹਾਂ। ਉੱਥੇ ਇੱਕ ਗੋਬਿੰਦਪੁਰੀ ਸੀ, ਉੱਥੇ ਡਿਫਰੈਂਟ ਲੋਕਾਂ ਨੇ ਮਿਲ ਕੇ ਫਿਲਮ ਨੂੰ ਜਿੱਦਾਂ ਉਹ ਆਪਣੇ ਵੋਟੀਆਂ ਨੋਚਦੇ ਆ ਨਾ, ਹਾਂ ਇੱਦਾਂ ਫਿਲਮ ਵੰਡ ਕੇ ਉਹਨਾਂ ਨੇ ਬਹੁਤ ਉਹਨੂੰ ਐਕਸਪਲਾਇਟ ਕੀਤਾ, ਪਰ ਸਾਡੇ ਪੱਲੇ ਕੁਛ ਨਹੀਂ ਪਿਆ। ਅਤੇ ਕੁੱਲ ਮਿਲਾ ਕੇ ਸਾਨੂੰ ਜਿਹੜਾ ਸਾਡਾ ਸ਼ੇਅਰ ਸੀਗਾ ਠੀਕ ਠਾਕ ਆਇਆ। ਡਿਸਟ੍ਰੀਬਿਊਟਰਾਂ ਨੇ ਆਪਣਾ ਖਰਚਾ ਖੁਰਚਾ ਸਾਰਾ ਕੱਟ ਕੇ ਜੋ ਭੇਜਿਆ ਉਹ ਰੀਜ਼ਨੇਬਲ ਸੀਗਾ। ਵੀਰ ਜੀ, ਸਾਡਾ ਹੱਕ ਫਿਲਮ ਸਾਰਿਆਂ ਨੇ ਦੇਖੀ, ਸਰਾਹੀ ਅਤੇ ਬਹੁਤ ਟੌਪ ਦੀ ਫਿਲਮ ਸੀਗੀ ਜੀ। ਅੱਜ ਤੱਕ ਵੀ ਹਰ ਗੁਰਸਿੱਖ ਦੇ ਘਰ ਉਹ ਫਿਲਮ ਦੀ ਕਾਪੀ ਪਈ ਆ ਜੀ, ਅਤੇ ਉਹਨੂੰ ਵਾਰੀ ਵਾਰੀ ਲੋਕ ਵੇਖਦੇ ਆ ਜੀ। ਫਿਰ ਇੱਕ ਗੱਲ ਆਈ ਕਿ ਕੁਲਜਿੰਦਰ ਅਤੇ ਸੂਦ ਸਾਹਿਬ ਵੀ ਇਹਨਾਂ ਨੇ ਇੱਕ ਸਲੂਨ ਖੋਲ੍ਹੇ ਆ, ਬੜੀ ਵੱਡੀ ਚੇਨ ਖੋਲ੍ਹ ਦੀ ਵੀ ਉਹ ਕਹਿੰਦੇ ਕਿਸੇ ਪਿੰਡ ਕਿਸੇ ਸ਼ਹਿਰ 'ਚ ਕੋਈ ਬੰਦਾ ਨਹੀਂ ਛੱਡਣਾ ਵੀ ਜਿਹੜਾ ਬਾਲ ਨਾ ਕਟਾਵੇ ਜੀ। ਅਤੇ ਇੱਕ ਪਾਸੇ ਤੁਸੀਂ ਫਿਲਮ ਸਿੱਖੀ 'ਤੇ ਬਣਾ ਰਹੇ ਹੋ, ਕਿੰਨੀ ਕੁ ਸੱਚਾਈ ਆ ਇਹ? ਪੈਸਾ ਮਤਲਬ ਉਸ ਫਿਲਮ ਤੋਂ ਕਮਾਇਆ ਪੈਸਾ ਸੀਗਾ? ਨਹੀਂ ਬਿਲਕੁਲ ਨਹੀਂ, ਇਹ ਬਿਲਕੁਲ ਹੀ ਕੋਰੀ ਝੂਠੀ ਗੱਲ ਹੈ। ਸਾਡਾ ਹੱਕ ਦੇ ਵਿੱਚ ਪਹਿਲੀ ਗੱਲ ਤਾਂ ਅਸੀਂ ਚਾਰ ਭਾਈਵਾਲ ਸੀਗੇ ਜਿਨ੍ਹਾਂ ਨੇ ਉਹਦੇ ਵਿੱਚ 25-25 ਪੈਸੇ ਲਾਏ ਸੀਗੇ, 25 ਪੈਸੇ ਮੇਰੇ ਸੀ, 25 ਪੈਸੇ ਸੂਦ ਸਾਹਿਬ ਸੀ, ਦੋ ਇੱਦਾਂ ਹੀ ਬੰਦੇ ਸੀਗੇ ਜਿਨ੍ਹਾਂ ਨੇ 25-25 ਪੈਸੇ ਉਹਦੇ 'ਚ ਲਾਏ ਸੀਗੇ। ਚਾਰ ਅਸੀਂ ਭਾਈਵਾਲਾਂ ਨੇ ਰਲ ਕੇ ਉਹ ਫਿਲਮ ਬਣਾਈ ਸੀਗੀ, ਅਤੇ ਫਿਲਮ ਜਿਹੜੀ ਅਸੀਂ ਬਣਾਈ ਜਦੋਂ ਬਣਾ ਕੇ ਲੀਗਲ ਅੜਚਣਾ ਵਿੱਚੋਂ ਸਭ ਕੁਝ ਕਰਕੇ ਉਹਦੀ ਡਿਸਟ੍ਰੀਬਿਊਸ਼ਨ ਹੋਈ ਅਤੇ ਉਹ ਤਕਰੀਬਨ ਬ੍ਰੇਕ ਈਵਨ ਦੇ ਉੱਤੇ ਸੀ ਫਿਲਮ। ਮੇਰੇ ਕੋਲ ਅਜੇ ਵੀ ਉਹਦੇ ਅਕਾਊਂਟਸ ਪਏ ਨੇ ਸਾਰੇ। ਕਦੀ ਵੀ ਕੋਈ ਬੰਦਾ ਕਿਤੋਂ ਵੀ, ਮੈਂ ਫੇਸਬੁੱਕ 'ਤੇ ਵੀ ਇੱਕ ਵਾਰੀ ਪਾਇਆ ਸੀ ਕਿ ਵਰਲਡ 'ਚੋਂ ਕੋਈ ਵੀ ਬੰਦਾ ਆ ਕੇ ਉਹ ਅਕਾਊਂਟ ਚੈੱਕ ਕਰ ਸਕਦਾ ਵੀ ਅਸੀਂ ਉਹ 'ਚੋਂ ਕਿੰਨੇ ਕੁ ਕਮਾਏ। ਐਕਚੁਅਲੀ ਜਿੰਨੇ ਕੁ ਲੱਗੇ ਉਹਨੇ ਕਿ ਘਾਟਾ ਹੀ ਪੂਰਾ ਹੋਇਆ, ਮਤਲਬ ਲੈਵਲ 'ਤੇ ਹੀ ਸੀਗੀ। ਠੀਕ ਹੈ। ਅਤੇ ਜਿੱਥੋਂ ਤੱਕ ਸਲੋਨ ਦੀ ਗੱਲ ਹੈ, ਉਹ ਮੈਂ ਆਪਣੀ ਇੰਟਰੋਡਕਸ਼ਨ ਜਦੋਂ ਤੁਸੀਂ ਮੈਨੂੰ ਪੁੱਛਿਆ ਸੀ ਕਿ ਕਿੱਥੋਂ ਸ਼ੁਰੂ ਹੋਏ, ਮੈਂ ਉਹਦੇ 'ਚ ਦੱਸਿਆ ਸੀਗਾ ਕਿ 2004 ਦੇ ਵਿੱਚ ਅਸੀਂ ਜਿਹੜੀ ਇੱਕ ਬਾਡੀ ਹੱਬ ਕਰਕੇ ਮਾਡਲ ਟਾਊਨ ਦੇ ਵਿੱਚ ਇੱਕ ਸਲੋਨ ਸੀਗਾ, ਉਹਨੂੰ ਅਸੀਂ ਟੇਕ ਓਵਰ ਕੀਤਾ ਸੀ। ਉਹਨੂੰ ਅਸੀਂ ਟੇਕ ਓਵਰ ਕਰਕੇ 6-7 ਮਹੀਨੇ ਐਜ ਏ ਸਲੋਨ ਚਲਾਇਆ, ਪਰ ਉਹ ਸਲੋਨ ਸਾਡੇ ਕੋਲ ਚੱਲਿਆ ਨਹੀਂ। ਫਿਰ ਅਸੀਂ ਉਹਨੂੰ ਅਕੈਡਮੀ 'ਚ ਕਨਵਰਟ ਕਰਤਾ ਇੱਕ ਫਰੈਂਚਾਈਜ਼ੀ ਲਈ, ਇੱਕ ਕੰਪਨੀ ਦੀ ਕਲਾਰਾ ਮਲੇਸ਼ੀਆ ਦੇ ਵਿੱਚ ਇੱਕ ਕੰਪਨੀ ਆ, ਉਹਨਾਂ ਦੀ ਅਸੀਂ ਉੱਥੇ ਫਰੈਂਚਾਈਜ਼ੀ ਲਿਆਂਦੀ। ਉਹ ਸਕੂਲ ਸੀਗਾ ਜਿਹੜਾ ਸਿਖਾਉਂਦਾ ਸੀਗਾ ਹੇਅਰ, ਮੇਕਅਪ, ਬਿਊਟੀ, ਇਹ ਸਾਰੀਆਂ ਚੀਜ਼ਾਂ। ਉਹ ਸਾਡਾ ਕਲਾਰਾ ਦੇ ਨਾਮ 'ਤੇ ਕੰਮ ਚੱਲਦਾ ਰਿਹਾ 2009 ਤੱਕ। 2009 ਦੇ ਵਿੱਚ ਸਾਡੇ 5 ਸਾਲ ਉਹਨਾਂ ਨਾਲ ਪੂਰੇ ਹੋ ਗਏ, ਉਹਨਾਂ ਨੇ ਸਾਡੀ ਜਿਹੜੀ ਟਰਮ ਸੀਗੀ ਉਹਨੂੰ ਰਿਵਾਈਜ਼ ਨਹੀਂ ਕੀਤਾ ਜੀ, ਅਤੇ ਫਿਰ ਅਸੀਂ ਆਪਣੀ ਕੰਪਨੀ ਇੱਕ ਖੋਲ੍ਹ ਲਈ ਓਰੇਨ ਦੇ ਨਾਮ 'ਤੇ ਜੀ ਜੀ। ਅਤੇ ਉਹ ਕੰਪਨੀ ਦੀਆਂ ਅੱਜ ਦੀ ਡੇਟ ਵਿੱਚ ਇੰਡੀਆ ਦੇ ਵਿੱਚ 85 ਬ੍ਰਾਂਚਿਸ ਨੇ, ਅਤੇ ਸੂਦ ਸਾਹਿਬ ਉਹਨੂੰ ਹੈੱਡ ਕਰ ਰਹੇ ਨੇ। ਬਹੁਤ ਸੋਹਣੇ ਢੰਗ ਦੇ ਨਾਲ ਉਹ ਬਿਜ਼ਨਸ ਸਾਡਾ ਚੱਲ ਰਿਹਾ, ਅਤੇ ਅਸਲ ਦੇ ਵਿੱਚ ਉਹ ਉਦੋਂ ਵੀ ਚੱਲ ਰਿਹਾ ਸੀ 2004 ਤੋਂ ਲੈ ਕੇ 2009 ਦੇ ਵਿੱਚ ਵੀ ਜਦੋਂ ਅਸੀਂ ਇਹ ਫਿਲਮ ਬਣਾਈ ਸੀ ਸਾਡਾ ਹੱਕ, ਉਹਦੇ ਵਿੱਚ ਜਿਹੜੇ ਅਸੀਂ 25-25 ਪੈਸੇ ਦੋਵੇਂ ਪਾਏ ਸੀ ਉਹਦੀ ਕਮਾਈ ਦੇ ਲਾਏ ਸਲੂਨ 'ਚੋਂ ਪਾਏ ਸੀ। ਸੋ ਸਲੂਨ ਦੀ ਕਮਾਈ ਦੇ ਨਾਲ ਸਾਡਾ ਹੱਕ ਬਣਿਆ, ਨਾ ਕਿ ਸਾਡਾ ਹੱਕ ਦੀ ਕਮਾਈ ਦੇ ਨਾਲ ਸਲੂਨ ਖੁੱਲ੍ਹਿਆ। ਸੋ ਇਹ ਗੱਲ ਸਮਝਦੇ ਨਹੀਂ ਲੋਕ। ਚਲੋ ਤੁਸੀਂ ਚੰਗਾ ਕੀਤਾ ਜੀ ਇਹ ਕਲੀਅਰ ਕਰ ਦਿੱਤੀ ਗੱਲ। ਹੁਣ ਅੱਗੇ ਗੱਲ ਚੱਲੀਏ ਜੀ ਯੋਧਾ ਫਿਲਮ ਦੀ। ਉਸ ਤੋਂ ਬਾਅਦ ਥੋੜ੍ਹੀ ਯੋਧਾ ਫਿਲਮ ਆਈ ਜੀ, ਉਹਦੇ 'ਚ ਸਾਡੇ ਅਮਨ ਖੱਟਕਰ ਜੀ ਵੀ ਉਹਨਾਂ ਨੇ ਇੱਥੇ ਉਹ ਲੈ ਕੇ ਆਏ ਸੀ। ਹਾਂ, ਅਸੀਂ ਉਹ ਫਿਲਮ ਜਦੋਂ ਪਹਿਲਾਂ ਮਤਲਬ ਅਮਨ ਜੀ ਨਾਲ ਮੈਂ ਖੁਦ ਡਿਸਕਸ ਕਰਦੇ ਸੀਗੇ ਜੀ, ਤਾਂ ਉਹਦੇ ਇੱਕ ਗੀਤ ਸੀਗਾ ਉਹਦੇ ਵਿੱਚ, ਇੱਕ ਤੁਸੀਂ ਐਟਮ ਸੌਂਗ ਪਾ ਤਾ, ਤਾਂ ਅਸੀਂ ਇੱਥੇ ਡਿਸਕਸ਼ਨ ਦੇ ਵਿੱਚ ਹੋਇਆ ਵੀ ਯਾਰ ਗੀਤ ਕਢਾਓ, ਇਹ ਫਿਲਮ ਲੋਕਾਂ ਨੇ ਕੁਲਜਿੰਦਰ ਸਿੱਧੂ ਦਾ ਉਹ ਸਰੂਪ ਦੇਖ ਕੇ ਦੇਖਣ ਜਾਣੀ ਆ, ਕਿਉਂਕਿ ਤੁਹਾਡੇ ਭਗਤ ਬਣ ਗਏ ਸੀ ਜੀ ਲੋਕ। ਮਤਲਬ ਉਹਦੇ ਵਿੱਚ ਤੁਸੀਂ ਪਹਿਲੀ ਫਿਲਮ 'ਚ ਇਹੋ ਜਿਹੀ ਐਕਟਿੰਗ ਕੀਤੀ, ਮਤਲਬ ਲੋਕਾਂ ਨੂੰ ਲੱਗਦਾ ਸੀ ਕਿ ਆਹ ਬੰਦਾ ਅਸਲੀ ਖੜਕੂ ਆ ਜੀ। ਹੁਣ ਤੁਸੀਂ ਉਹ ਫਿਲਮ ਦੇ ਵਿੱਚ ਇੱਕ ਐਟਮ ਸੌਂਗ ਆ ਗਿਆ, ਥੋੜ੍ਹੀ ਥੋੜ੍ਹੀ ਲੁੱਕ ਵੀ ਬਦਲ ਗਈ ਜੀ, ਹੈ ਨਾ, ਪਰ ਥੋੜ੍ਹੀ ਜਿਹੀ ਕਰੰਟ ਉਹੀ ਸੀਗਾ ਜੀ ਜੀ ਜੀ। ਉਹ ਕਿਵੇਂ ਰਹੀ ਜੀ? ਹਾਂ, ਉਹ ਸਾਡਾ ਹੱਕ ਤੋਂ ਬਾਅਦ ਜਿਹੜਾ ਸੀਗਾ ਅਗਲੀ, ਜਦੋਂ ਮੈਂ ਸਾਡਾ ਹੱਕ ਤੋਂ ਬਾਅਦ ਮੈਂ ਜਿਵੇਂ ਦੱਸਿਆ ਮੈਂ ਵਾਪਸ ਇਸੇ ਲੁੱਕ ਦੇ ਵਿੱਚ ਆ ਗਿਆ ਸੀਗਾ, ਪਰ ਮੈਨੂੰ ਜਿੱਦਾਂ ਤੁਹਾਡੇ ਵਰਗੇ ਸੱਜਣ ਪਿਆਰੇ ਮਿੱਤਰ ਸਾਰੇ ਚਾਹੁਣ ਵਾਲੇ ਇਹੀ ਕਹਿ ਰਹੇ ਸੀਗੇ ਕਿ ਤੁਸੀਂ ਉਹੀ ਸਰੂਪ ਦੇ ਵਿੱਚ ਰਹਿ ਕੇ ਹੋਰ ਫਿਲਮਾਂ ਕਰੋ, ਕਿਉਂਕਿ ਸਾਬਤ ਸੂਰਤ ਸਿੰਘ ਹੀਰੋ ਸਿੱਖਾਂ ਕੋਲ ਹੈ ਨਹੀਂਗਾ, ਆਪਣੀ ਕਮਿਊਨਿਟੀ ਕੋਲ ਹੈ ਨਹੀਂਗਾ, ਅਤੇ ਤੁਸੀਂ ਉਹ 'ਚ ਕੰਮ ਕਰਨਾ ਚਾਹੀਦਾ। ਮੈਨੂੰ ਵੀ ਉਹਨਾਂ ਦੀ ਗੱਲ ਠੀਕ ਲੱਗੀ। ਸੋ ਅਮਰਦੀਪ ਗਿੱਲ ਹੁਣੀ ਇੱਕ ਮੇਰੇ ਕੋਲ ਆਈਡੀਆ ਜਿਹੜਾ ਸੀਗਾ ਯੋਧਾ ਵਾਲਾ, ਉਹ ਲੈ ਕੇ ਆਏ ਕਿ ਆਪਾਂ ਇੱਦਾਂ ਦੀ ਇੱਕ ਫਿਲਮ ਬਣਾਉਂਦੇ ਹਾਂ, ਅਤੇ ਮੈਨੂੰ ਆਈਡੀਆ ਠੀਕ ਲੱਗਾ, ਮੈਂ ਕਿਹਾ ਹਾਂ ਠੀਕ ਹੈ ਇੱਥੇ ਕੰਮ ਕਰਦੇ ਹਾਂ। ਸੋ ਅਸੀਂ ਉਹ ਫਿਲਮ ਬਣਾਈ, ਉਹ ਫਿਲਮ ਦੇ ਵਿੱਚ ਵੀ ਮੈਂ ਸੂਦ ਸਾਹਿਬ ਅਤੇ ਸਾਡੇ ਤੋਂ ਇਲਾਵਾ ਦੋ ਹੋਰ ਪਾਰਟਨਰ ਸੀਗੇ ਜੀ, ਉਹ ਨਵੇਂ ਬੰਦੇ ਸੀਗੇ, ਸਾਡਾ ਹੱਕ ਵਾਲੇ ਬੰਦੇ ਨਹੀਂ ਸੀ ਉਹ, ਅਤੇ ਉਹ ਜਦੋਂ ਸਾਡੇ ਨਾਲ ਟੀਮ ਅਪ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਹੁਣ ਆਪਾਂ ਜਿਹੜੀ ਆ ਨਾ ਸਾਡਾ ਹੱਕ ਦੇ ਵਿੱਚ ਤਾਂ ਆਪਾਂ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਸੀਗਾ ਜੀ, ਅਤੇ ਤੁਸੀਂ ਆਪਣੇ ਪੈਸ਼ਨ ਲਈ ਆਪਣਾ ਤੁਹਾਡਾ ਡ੍ਰੀਮ ਪ੍ਰੋਜੈਕਟ ਸੀਗਾ ਇਹ ਤੁਸੀਂ ਬਣਾਈ ਆ, ਅਤੇ ਇਹਨੂੰ ਫਿਲਮ ਨੂੰ ਆਪਾਂ ਟੋਟਲ ਕਮਰਸ਼ੀਅਲ ਐਂਗਲ ਦੇਣਾ। ਇਹ ਜਿਹੜੇ ਸਾਡੇ ਭਾਈਵਾਲ ਸੀ ਉਹਨਾਂ ਦੀ ਇੱਕ ਮੰਸ਼ਾ ਸੀਗੀ ਕਿ ਇਹਨੂੰ ਆਪਾਂ
ਸਿੱਖ ਕਮਿਊਨਿਟੀ ਤੋਂ ਇਲਾਵਾ ਟੋਟਲ ਪੰਜਾਬੀ ਆਡੀਅੰਸ ਅਤੇ ਹੋਰ ਵੀ ਵੱਡੀ ਦਾਇਰਾ ਵਧਾਉਣਾ ਇਸ ਫਿਲਮ 'ਚ। ਸੋ ਇਹ ਥੋਟ ਦੇ ਨਾਲ ਉਹ ਫਿਲਮ ਜਦੋਂ ਬਣੀ, ਲਿਖੀ ਗਈ, ਸਾਰਾ ਕੁਛ ਸੀਗਾ, ਆਈਟਮ ਸੌਂਗ ਨੂੰ ਲੈ ਕੇ ਬੜੀ ਡਿਸਕਸ਼ਨ ਹੋਈ। ਮੈਂ ਵਿਰੋਧ ਕਰਦਾ ਸੀ ਉਹਦਾ ਕਿ ਨਹੀਂ ਇੱਦਾਂ ਦਾ ਆਪਾਂ ਨਾ ਰੰਗ ਰੱਖੀਏ, ਮੇਰੀ ਜਿਹੜੀ ਆਡੀਅੰਸ ਹੈ ਜਿਹੜੇ ਮੈਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਇਹ ਗੱਲ ਪ੍ਰਵਾਨ ਨਹੀਂ ਹੋਣੀ। ਉਹ ਕਹਿੰਦੇ ਨਹੀਂ ਜੀ ਅਸੀਂ ਦਾਇਰਾ ਵਧਾਉਣਾ, ਤੁਹਾਡਾ ਤੁਹਾਡੀ ਲੁੱਕ ਵੀ ਦੂਜੀ ਦਿਖਾਵਾਂਗੇ NRI ਦੇ ਵਿੱਚ ਲੁੱਕ 'ਚ। ਫਿਰ ਉਹ ਇੱਦਾਂ ਚੇਂਜ ਹੋਇਆ, ਉਹ ਸਾਰੀ ਚੀਜ਼ ਅਸੀਂ ਕੀਤੀ, ਇੱਕ ਐਕਸਪੈਰੀਮੈਂਟ ਕੀਤਾ, ਇੱਕ ਕਮਰਸ਼ੀਅਲ ਰੰਗ ਦੇਣ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਉਹਦੇ 'ਚ ਬੁਰੀ ਤਰ੍ਹਾਂ ਫੇਲ ਹੋਏ। ਉਹ ਫਿਲਮ ਨਹੀਂ ਚੱਲੀ, ਉਹ ਫਿਲਮ ਨੇ ਸਾਨੂੰ ਖਾਸਾ ਘਾਟਾ ਪਾਇਆ। ਅਗਲੇ ਕੀ ਪ੍ਰੋਜੈਕਟ ਨੇ ਹੁਣ ਜੀ? ਮੇਰੇ ਆਉਣ ਵਾਲੇ ਪ੍ਰੋਜੈਕਟ ਨੇ 2019 ਦੇ ਵਿੱਚ, ਸਭ ਤੋਂ ਪਹਿਲਾਂ ਮੈਨੂੰ ਲੱਗਦਾ ਮਿੱਟੀ ਫਿਲਮ ਆਊਗੀ, ਮਿੱਟੀ ਵਿਰਾਸਤ ਬੱਬਰਾਂ ਦੀ। ਸੋ ਉਹਦੇ ਵਿੱਚ ਮੇਰਾ ਫੇਰ ਤੁਸੀਂ ਸਿੱਖੀ ਵਾਲਾ ਰੂਪ ਦੇਖੋਗੇ, ਪਰ ਇਸ ਵਾਰੀ ਮੈਂ ਪ੍ਰੋਪਰ ਦਾੜੀ ਆਪਣੀ ਵਧਾਈ ਨਹੀਂ ਹੈ, ਇਸ ਵਾਰੀ ਮੈਂ ਨਕਲੀ ਦਾੜੀ ਲਾਈ ਹੈ। ਪਰ ਉਹ ਫਿਲਮ 'ਚ ਹੀ ਹੋਣਾ ਜੀ, ਹੁਣ ਧਿਆਨ ਰੱਖਿਓ ਪੱਕਾ ਨਾ ਲੈ। ਹਾਂ ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਉਹ ਸਮਾਂ ਵੀ ਨਹੀਂ ਸੀਗਾ ਕਿ ਮੈਂ ਉਸ ਕਰੈਕਟਰ ਲਈ। ਹੋ ਰਿਹਾ ਜੀ, ਵੈਬ ਸੀਰੀਜ਼ ਬਣ ਰਹੀਆਂ ਨੇ, ਕੋਈ ਇਹੋ ਜਿਹੇ ਐਕਸਪੈਰੀਮੈਂਟ ਹੁਣ ਫਿਊਚਰ 'ਚ ਕਰੋਗੇ? ਹਾਂ ਬਿਲਕੁਲ ਕਰਾਂਗੇ ਜੀ, ਬਿਲਕੁਲ। ਮੇਰੇ ਅੰਦਰ ਬਹੁਤ ਸਾਰੇ ਇੱਦਾਂ ਦੇ ਸਬਜੈਕਟ ਪਏ ਨੇ, ਬਹੁਤ ਸਾਰੀਆਂ ਇੱਦਾਂ ਦੀਆਂ ਕਹਾਣੀਆਂ ਨੇ ਜਿਹੜੀਆਂ ਮੈਂ ਕਹਿਣਾ ਚਾਹੁੰਦਾ, ਅਤੇ ਜਦੋਂ ਕਿਤੇ ਮੌਕਾ ਬਣਿਆ, ਹੁਣ ਵੈਸੇ ਦੁਬਾਰਾ ਤੋਂ ਮੌਕਾ ਉਹੋ ਜਿਹਾ ਮਾਹੌਲ ਬਣ ਰਿਹਾ ਕਿ ਲੋਕਾਂ ਨੇ ਮੈਨੂੰ ਬਤੌਰ ਐਕਟਰ ਐਕਸੈਪਟ ਕਰ ਲਿਆ, ਅਤੇ ਉਸ ਤੋਂ ਬਾਅਦ ਹੁਣ ਬਤੌਰ ਪ੍ਰੋਡਿਊਸਰ ਵੀ ਮੇਰੇ ਕੋਲ ਲੋਕ ਇੱਦਾਂ ਵੀ ਅਪਰੋਚ ਕਰਦੇ ਆ ਕਿ ਆਪਾਂ ਮਿਲ ਕੇ ਤੁਹਾਡੇ ਨਾਲ ਅਸੀਂ ਫਿਲਮ ਪ੍ਰੋਡਿਊਸ ਕਰ ਦੇ ਵਿੱਚ ਬੜੇ ਡੋਲੇ ਰੂਲੇ ਬਣਾ ਲਏ ਸੀਗੇ ਜੀ, ਯੋਧਾ ਦੇ ਵਿੱਚ। ਹਾਂ, ਯੋਧਾ ਫਿਲਮ ਦੇ ਵਿੱਚ। ਮਤਲਬ ਉਹ ਇਹ ਲਾਈਨ 'ਚ ਆ ਕੇ ਫਿਰ ਤੁਹਾਨੂੰ ਲੱਗਿਆ ਵੀ ਥੋੜ੍ਹਾ ਜਿਹਾ? ਹਾਂ ਬਿਲਕੁਲ, ਉਹ ਦੇਖੋ ਤੁਸੀਂ ਸਾਡਾ ਹੱਕ ਦੇ ਵਿੱਚ ਵੀ ਇੱਕ ਦੋ ਸੀਨ ਸੀਗੇ ਇਸ਼ਨਾਨ ਕਰਨ ਦੇ ਜੇਲ੍ਹ ਦੇ ਵਿੱਚ, ਅਤੇ ਉਸ ਤੋਂ ਬਾਅਦ ਜਦੋਂ ਯੋਧਾ ਆਈ ਅਤੇ ਯੋਧਾ ਲਈ ਮੈਨੂੰ ਪਤਾ ਸੀ ਇਹਦੀ ਰਿਕੁਆਇਰਮੈਂਟ ਇਹ ਹੈਗੀ ਆ, ਅਤੇ ਯੋਧਾ ਲਈ ਵੀ 7-8 ਮਹੀਨੇ ਮੈਂ ਪੂਰੇ ਜਿਮ ਦੇ ਵਿੱਚ ਲਾ ਕੇ ਉਹ ਕਰੈਕਟਰ ਦੀ ਜੋ ਰਿਕੁਆਇਰਮੈਂਟ ਸੀ, ਜੋ ਬਾਡੀ ਚਾਹੀਦੀ ਸੀ, ਇੱਕ ਯੋਧਾ ਚਾਹੀਦਾ ਸੀ ਲੱਗਣਾ, ਸੋ ਉਹ ਮੈਂ ਉਹਦੇ ਲਈ ਬਹੁਤ ਮਿਹਨਤ ਕੀਤੀ, ਪਰ ਉਹ ਮਿਹਨਤ ਦਾ ਮੁੱਲ ਨਹੀਂ ਪਿਆ, ਵੱਖਰੀ ਗੱਲ ਹੈ। ਪਰ ਹੁਣ ਤੱਕ ਚੰਡੀਗੜ੍ਹ ਸੀਗਾ, ਮੈਂ ਯੋਧਾ ਤੱਕ ਚੰਡੀਗੜ੍ਹ ਹੀ ਰਿਹਾ, ਅਤੇ ਯੋਧਾ ਜਦੋਂ ਫੇਲ ਹੋ ਗਈ ਅਤੇ ਮੈਨੂੰ ਥੋੜ੍ਹਾ ਸੈਟਬੈਕ ਲੱਗਾ, ਅਤੇ ਮੈਨੂੰ ਲੱਗਾ ਕਿ ਹੁਣ ਆਪਣੀ ਅਗਲੀ ਫਿਲਮ ਬਣਾਉਣ 'ਚ ਵਕਤ ਹੈ ਹੁਣ ਕਾਫੀ, ਕਿਉਂਕਿ ਮੇਰੇ ਜਿਹੜੇ ਨਾਲ ਦੇ ਭਾਈਵਾਲ ਸੀ ਸਾਰੇ ਘਾਟਾ ਖਾਣ ਤੋਂ ਬਾਅਦ ਹੱਥ ਜੋੜ ਗਏ ਵੀ ਭਰਾਵਾ ਹੁਣ ਤੂੰ ਦੇਖ ਲਾ, ਅਸੀਂ ਤਾਂ ਨਹੀਂ ਹੋਣੀ ਬਣਾਉਣੀ ਫਿਲਮ, ਅਤੇ ਮੈਨੂੰ ਲੱਗਾ ਕਿ ਹੁਣ ਬਤੌਰ ਐਕਟਰ ਮੈਂ ਇੱਕ ਸਟਰਗਲ ਕਰਦਾ, ਦੇਖਦਾ ਕਿ ਮੈਨੂੰ ਐਜ਼ ਐਨ ਐਕਟਰ ਵੀ ਕੰਮ ਮਿਲਦਾ ਕਿ ਨਹੀਂ ਮਿਲਦਾ, ਕਿਉਂਕਿ ਜਦੋਂ ਤੁਸੀਂ ਪ੍ਰੋਡਿਊਸਰ ਹੁੰਦੇ ਹੋ ਫਿਰ ਤਾਂ ਤੁਸੀਂ ਜ਼ਬਰਦਸਤੀ ਥੋਪ ਸਕਦੇ ਹੋ ਕਿ ਹੀਰੋ ਮੈਂ ਕਰੂੰਗਾ, ਹੈ ਨਾ, ਪਰ ਜਦੋਂ ਤੁਸੀਂ ਕਿਸੇ ਕੋਲ ਕੰਮ ਮੰਗਣ ਜਾਂਦੇ ਹੋ, ਉਹ ਅਗਲਾ ਤੁਹਾਨੂੰ ਚੂਜ਼ ਕਰਦਾ ਕਿ ਮੈਂ ਤੈਨੂੰ ਇੱਥੇ ਇੱਕ ਆਹ ਕਰੈਕਟਰ ਦਊਂਗਾ। ਸੋ ਮੈਂ ਉਸ ਤੋਂ ਬਾਅਦ ਆਪਣੀ ਇੱਕ ਬਤੌਰ ਐਕਟਰ ਜਰਨੀ ਸ਼ੁਰੂ ਕੀਤੀ, ਯੋਧਾ ਤੋਂ ਬਾਅਦ 2014 ਅਕਤੂਬਰ 'ਚ ਆਈ ਸੀ ਉਹ, ਅਤੇ ਉਸ ਤੋਂ ਬਾਅਦ ਮੈਂ ਐਕਟਰ ਦੇ ਤੌਰ 'ਤੇ ਜਰਨੀ ਸ਼ੁਰੂ ਕੀਤੀ। ਪਹਿਲੀ ਫਿਲਮ ਮੈਨੂੰ ਸ਼ਰੀਕ ਮਿਲੀ, ਉਹਦਾ ਮੇਰਾ ਜਿਹੜਾ ਕਿਰਦਾਰ ਸੀ ਪਾਲੀ ਬਰਾੜ ਵਾਲਾ ਬੜਾ ਪਸੰਦ ਆਇਆ, ਬੜਾ ਕੈਂਪ ਸੀਗਾ ਇਹ ਕੰਮ, ਬਹੁਤ ਵਧੀਆ ਸੀ, ਬਹੁਤ ਵਧੀਆ ਸੀ ਪਾਲੀ ਬਰਾੜ ਦਾ। ਦੇਖੀ ਪਰ ਜਿਨ੍ਹਾਂ ਨੇ ਦੇਖੀ ਉਹਦੇ ਚ ਮੇਰਾ ਕਿਰਦਾਰ ਬਹੁਤ ਪਸੰਦ ਕੀਤਾ ਗਿਆ, ਉਹ ਚ ਲਾਲੀ ਸਰਕਾਰੀ ਦਾ ਇੱਕ ਬਦਮਾਸ਼ ਦਾ ਕਰੈਕਟਰ ਪਲੇ ਕੀਤਾ ਸੀ। ਸੋ ਉਸ ਤੋਂ ਬਾਅਦ ਮੈਨੂੰ ਬਦਮਾਸ਼ੀ ਵਾਲੇ ਕਿਰਦਾਰ ਮਿਲਣੇ ਸ਼ੁਰੂ ਹੋ ਗਏ, ਤੇ ਪਰ 2019 ਚ ਅਚਾਨਕ ਫਿਰ ਮੋੜਾ ਪਿਆ, ਅਤੇ 2019 ਦੇ ਵਿੱਚ ਜਿਹੜੀਆਂ ਹੁਣ ਫਿਲਮਾਂ ਆਉਣੀਆਂ ਨੇ ਉਹ ਤਕਰੀਬਨ ਸਾਰੀਆਂ ਦੇ ਵਿੱਚ ਹੀ ਮੈਂ ਪੋਜ਼ਿਟਿਵ ਅਤੇ ਹੀਰੋ ਵਾਲੇ ਕਿਰਦਾਰ ਪਲੇ ਕਰ ਰਿਹਾ। ਦੋ ਫਿਲਮਾਂ ਮੇਰੀਆਂ ਮੇਨ ਲੀਡ 'ਚ ਆ ਰਹੀਆਂ, ਇੱਕ ਮਿੱਟੀ ਜਿਹੜੀ ਮੈਂ ਦੱਸਿਆ ਵਿਰਾਸਤ ਬੱਬਰਾਂ ਦੀ, ਉਹਦੇ 'ਚ 3-4 ਜਿਹੜੇ ਪਹਿਲੇ ਚਿਹਰੇ ਨੇ ਉਹਨਾਂ 'ਚ ਮੈਂ ਦੇਖੂੰਗਾ ਜਿਨ੍ਹਾਂ ਦੇ ਆਲੇ ਦੁਆਲੇ ਉਹ ਕਹਾਣੀ ਘੁੰਮ ਰਹੀ ਹੈ। ਭਾਈ ਕਰਮ ਸਿੰਘ ਦੌਲਤਪੁਰੀ ਜਿਹੜੇ ਬਹੁਤ ਵੱਡੇ ਬੱਬਰ ਹੋਏ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ, ਉਹਨਾਂ ਦਾ ਮੈਂ ਕਿਰਦਾਰ ਪਲੇ ਕੀਤਾ। ਸੋ ਉਸ ਤੋਂ ਇਲਾਵਾ ਇੱਕ ਫਿਲਮ ਕੀਤੀ ਆ ਮੈਂ ਜਤਿੰਦਰ ਮੋਹਰ ਦੇ ਹੁਣਾਂ ਦੇ ਨਾਲ, ਹਰੀਕੇ, ਸੋ ਉਹ ਫਿਲਮ 'ਚ ਮੈਂ ਮੇਨ ਲੀਡ ਹੈ, ਮੁੱਖ ਪਾਤਰ ਹੈ। ਸੋ ਉਸ ਤੋਂ ਬਾਅਦ ਇੱਕ ਫਿਲਮ ਜਮਰੌਦ ਹੈ ਜਿਹਦਾ ਪੰਜਾਬ 'ਚ ਸ਼ੂਟ ਕੰਪਲੀਟ ਹੋ ਗਿਆ, ਅਗਲੇ ਮਹੀਨੇ ਅਸੀਂ ਉਹਦੇ ਲਈ ਇੱਥੇ ਸ਼ੂਟ ਕਰਨ ਆਉਣਾ। ਨਵਤੇਜ ਸੰਧੂ ਹੁਣਾਂ ਦੀ ਫਿਲਮ ਹੈ, ਸਰਦਾਰ ਰਸੋਈ ਅਤੇ ਹੋਰ ਸਾਡੇ ਨਾਲ ਬੜੇ ਵਧੀਆ ਕਾਸਟ ਹੈ ਉਹਦੇ 'ਚ। ਸੋ ਇਸ ਤਰ੍ਹਾਂ ਹੀ 3-4 ਫਿਲਮਾਂ ਨੇ ਲਾਈਨ ਅਪ ਨੇ। ਇੱਕ ਫਿਲਮ ਮੇਰੀ ਪੁਰਾਣੀ ਕੀਤੀ ਹੋਈ ਆ ਗੁਲਾਮ, ਉਹਦਾ ਥੋੜ੍ਹਾ ਜਿਹਾ ਕੰਮ ਬਾਕੀ ਆ, ਉਹਦੇ 'ਚ ਉਹ ਵੀ ਮੈਨੂੰ ਲੱਗਦਾ ਇਸ ਸਾਲ ਆਏਗੀ। ਕਦੇ ਕਦੇ ਮਨ 'ਚ ਆਉਂਦਾ ਕਿ ਉਹ ਸਿੱਖੀ ਸਰੂਪ ਜਿਹਦੀ ਲੋਕ ਮੈਨੂੰ ਆਸ ਕਰਦੇ ਆ ਵੀ ਭਵਿੱਖ ਦੇ ਵਿੱਚ, ਚਲੋ ਹਲੇ ਤੁਹਾਡਾ ਕੰਮ ਇਹੋ ਜਿਹਾ ਬਿਜ਼ਨਸ 'ਚ ਹੈਗੇ ਹੋ ਤੁਸੀਂ ਵੀ, ਕਦੇ ਫਿਰ ਅੰਮ੍ਰਿਤਧਾਰੀ ਗੁਰਸਿੱਖ ਹੋਵੋਗੇ? ਬਿਲਕੁਲ ਜੀ, ਬਿਲਕੁਲ 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 ਬਿਲਕੁਲ, ਮੇਰੇ ਉਹ ਬਹੁਤ ਵਿਚਾਰ ਆਉਂਦਾ, ਬੜੀ ਵਾਰ ਆਉਂਦਾ। ਖਾਸ ਤੌਰ 'ਤੇ ਸਾਡਾ ਹੱਕ ਦਾ ਜਿਹੜਾ ਕਰੈਕਟਰ ਮੈਂ ਪਲੇ ਕੀਤਾ ਨਾ, ਉਹ ਕਰੈਕਟਰ ਨੇ ਮੇਰੇ ਦਿਮਾਗ 'ਤੇ ਬਹੁਤ ਜ਼ਿਆਦਾ ਛਾਪ ਛੱਡੀ, ਕਿਉਂਕਿ ਉਹ ਛਾਪ ਮੇਰੇ ਦਿਮਾਗ 'ਤੇ ਪਹਿਲਾਂ ਛੱਡੀ, ਦਰਸ਼ਕਾਂ ਦੇ ਛਾਪ ਬਾਅਦ 'ਚ ਪਹੁੰਚੀ, ਕਿਉਂਕਿ ਜੇ ਮੇਰੇ 'ਤੇ ਨਹੀਂ ਉਹਦੀ ਛਾਪ ਹੋਊਗੀ ਅਸਰ ਨਹੀਂ ਹੋਊਗਾ, ਮੈਂ ਕਨਵੇ ਨਹੀਂ ਕਰ ਪਾਊਂਗਾ। ਸੋ ਉਹ ਜੋ ਮੇਰੇ ਛਾਪ ਕਰੈਕਟਰ ਨੇ ਛੱਡੀ, ਉਸ ਤੋਂ ਬਾਅਦ ਮੇਰੇ ਲਈ ਬੜਾ ਔਖਾ ਸੀ ਕਿ ਮੈਂ ਦੁਬਾਰਾ ਦਾੜੀ ਕਟਾ ਕੇ ਨਵੀਂ ਲੁੱਕ 'ਚ ਕਰਾਂ, ਪਰ ਬਤੌਰ ਐਕਟਰ ਮੇਰੇ ਅੰਦਰ ਦੀ ਜਿਹੜੀ ਉਹ ਇੱਕ ਭੁੱਖ ਜਗਿਆਸਾ ਪੈਦਾ ਹੋਈ ਸੀ ਕਿ ਮੈਂ ਅਲੱਗ ਅਲੱਗ ਕਿਰਦਾਰ ਕਰਾਂ।
ਸੋ ਅਲੱਗ ਅਲੱਗ ਕਿਰਦਾਰ ਕਰਨ ਦੇ ਖਾਤਰ ਮੈਨੂੰ ਸਾਰੇ ਮੇਰੇ ਸੱਜਣਾ ਮਿੱਤਰਾਂ ਦੋਸਤਾਂ ਨੇ ਵੀ ਸਲਾਹ ਦਿੱਤੀ, ਮੈਨੂੰ ਆਪ ਵੀ ਲੱਗਾ ਕਿ ਮੈਨੂੰ ਉਹ ਮੈਂ ਇੱਕ ਸਰੂਪ ਦੇ ਵਿੱਚ ਬੱਝ ਕੇ ਫਿਰ ਮੇਰਾ ਇੱਕ ਐਕਟਰ ਦੇ ਤੌਰ 'ਤੇ ਦਾਇਰਾ ਉਹ ਹੋ ਜਾਣਾ। ਸੋ ਇਸ ਕਰਕੇ ਮੈਂ ਉਹ ਅਲੱਗ ਅਲੱਗ ਲੁਕਸ ਵਿੱਚ ਐਕਸਪੈਰੀਮੈਂਟ ਕਰਦਾ ਆ ਰਿਹਾ, ਪਰ ਅਲਟੀਮੇਟਲੀ ਮੇਰਾ ਇਹ ਹੈ ਕਿ ਮਾਲਕ ਕਿਰਪਾ ਕਰੇ ਅਤੇ ਮੈਂ ਮਰਨ ਤੋਂ ਪਹਿਲਾਂ ਜ਼ਰੂਰ ਸਿੱਖੀ ਸਰੂਪ ਦੇ ਵਿੱਚ ਅਤੇ ਇੱਕ ਅੰਮ੍ਰਿਤਧਾਰੀ ਗੁਰਸਿੱਖ ਹੋਵਾਂ। ਇਹ ਮੇਰੀ ਰੱਬ ਅੱਗੇ ਅਰਦਾਸ ਹੈ, ਤੁਸੀਂ ਵੀ ਜ਼ਰੂਰ ਕਰੋ ਅਤੇ ਇਹ ਇਹ ਮੇਰੀ ਇੱਛਾ। ਕਬੀਰ ਜੀ ਤੁਸੀਂ ਆਏ, ਬਹੁਤ ਬਹੁਤ ਧੰਨਵਾਦ ਤੁਹਾਡਾ। ਆਪਣਾ ਟੀ ਵੀ ਚੈਨਲ ਆ ਅਮਨ ਜੀ ਦੇ ਤੁਸੀਂ ਬਹੁਤ ਨਿੱਘੇ ਦੋਸਤ ਹੋ। ਜਦੋਂ ਫਿਰ ਕਦੇ ਸਵਾਬ ਬਣਿਆ ਜ਼ਰੂਰ ਆਪਣੇ ਵਿਚਾਰ ਲੈ ਕੇ ਸਾਡੇ ਨਾਲ ਸਾਂਝ ਪਾਇਓ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਜੀ। ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਅੱਗੇ ਕੁਲਜਿੰਦਰ ਸਿੱਧੂ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਅਤੇ ਕਿਸੇ ਵੇਲੇ ਇਹ ਸੱਚੀ ਮੁੱਚੀ ਦੇ ਅੰਮ੍ਰਿਤਧਾਰੀ ਸਿੰਘ ਬਣ ਕੇ ਵੀ ਕਿਸੇ ਫਿਲਮ ਦੇ ਵਿੱਚ ਆਉਣ। ਅਤੇ ਇਹ ਕਹਿੰਦੇ ਮੇਰੀ ਦਿਲੀ ਇੱਛਾ ਹੈਗੀ ਆ ਕਿ ਮੈਂ ਉਸ ਰੂਪ ਨੂੰ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰ ਲਵਾਂ। ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਅਗਲੇ ਹਫ਼ਤੇ ਇੱਕ ਵੱਖਰਾ ਪ੍ਰੋਗਰਾਮ ਲੈ ਕੇ ਆਪ ਜੀ ਨਾਲ ਸਾਂਝ ਪਾਵਾਂਗੇ। ਤਦ ਤੱਕ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀ ਵੀ, ਤੁਹਾਡਾ ਆਪਣਾ ਤੁਹਾਡੇ ਲਈ। ਸਤਿ ਸ੍ਰੀ ਅਕਾਲ।